ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰੋ ਦੁਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਅਧਾਰ ਬਾਂਹ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਬਾ ਉਹੀ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬਦਾ ਕਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਨਾਨਕ ਬਦਾ ਕਰ ਤਹਾ ਜਿੱਥੇ ਮਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਮਾਜ ਰਾਗ ਦੇ ਵਿੱਚ 12 ਮਾ ਜਿਸ ਦੀ ਆਪਾਂ ਲੜੀਵਾਰ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਬਾਣੀ ਦੀ ਆਰੰਭਤਾ ਤੋਂ ਪਹਿਲਾਂ ਕੁਝ ਵਿਚਾਰਾਂ ਆਪਾਂ ਸੰਗਰਾਦ ਬਾਰੇ ਇਹਨਾਂ ਮਹੀਨਿਆਂ ਵਿੱਚ ਆਏ ਉਪਦੇਸ਼ ਬਾਰੇ ਅਤੇ ਗੁਰੂ ਸਾਹਿਬ ਜੀ ਦੀ ਪਿਆਰੀ ਸਿੱਖਿਆ ਬਾਰੇ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਆਪਾਂ ਕਰ ਲਈਏ ਜਿਹੜੇ ਸੋਤੇ ਤੁਹਾਡੇ ਵਿੱਚੋਂ ਖੁਦ ਬਾਣੀ ਪੜਨ ਵਾਲੇ ਨੇ ਜਿਨ੍ਹਾਂ ਨੇ ਆਪ ਗੁਰਬਾਣੀ ਦੇ ਪਾਠ ਦਰਸ਼ਨ ਕੀਤੇ ਨੇ ਉਹਨਾਂ ਨੂੰ ਤੇ ਪਤਾ ਹੈ ਕਿ 12 ਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਵਾਰ ਬਾਣੀ ਆਈ ਹੈ ਇੱਕ ਵਾਰ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਤੋਂ ਰਾਗ ਤੁਖਾਰੀ ਵਿੱਚ 1100 7 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਬਾਣੀ ਸੁਭਾਈਮਾਨ ਹੈ ਤੇ ਉਸ ਤੋਂ ਬਾਅਦ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੀ 12ਵਾਂ ਬਾਣੀ ਮਾਝ ਰਾਗ ਵਿੱਚ 133 ਨੰਬਰ ਅੰਕ ਤੋਂ ਆਰੰਭ ਹੁੰਦੀ ਹੈ ਗੁਰਦੇਵ ਜੀ ਨੇ ਜਿਹੜੇ ਸਮਾਜ ਵਿੱਚ ਪਏ ਹੋਏ ਭੁਲੇਖੇ ਸੀ ਉਹਨਾਂ ਭੁਲੇਖਿਆਂ ਨੂੰ ਕੱਢਣ ਵਾਸਤੇ ਕਿਉਂਕਿ ਗੁਰਦੇਵ ਜੀ ਨੂੰ ਇਸ ਗੱਲ ਦਾ ਪਤਾ ਹੈ ਗੁਰੂ ਸਾਹਿਬ ਜੀ ਦੇ ਵਕਤ ਵੀ ਕਾਵ ਰੂਪ ਦੇ ਵਿੱਚ ਬਹੁਤ ਕੁਝ ਗਾਇਆ ਜਾਂਦਾ ਸੀ ਜਿਵੇਂ ਕਿ ਆਪਾਂ ਵੇਖਦੇ ਹਾਂ ਘੂੜੀਆਂ ਸਿੱਠਣੀਆਂ ਸ਼ੰਤ ਗਿੱਧਾ ਅਲਾਣੀਆਂ ਸੁਹਾਗ ਇਦਾਂ ਦੀਆਂ ਬਹੁਤ ਰਚਨਾਵਾਂ ਜਿਹੜੀਆਂ ਕਾਵ ਰੂਪ ਕਿਉਂਕਿ ਕਾਵ ਰੂਪ ਮਨੁੱਖੀ ਹਿਰਦੇ ਤੇ ਕਿਤੇ ਨਾ ਕਿਤੇ ਆਪਣਾ ਅਸਰ ਕਰਦਾ ਹੈ ਵੱਖਰੀ ਗੱਲ ਹੈ ਕਿ ਉਸ ਕਾਵ ਰੂਪ ਨੂੰ ਮਨੁੱਖ ਵਰਤਦਾ ਕਿਸ ਲੈਜੇ ਦੇ ਨਾਲ ਹੈ ਜਾਂ ਕਿਸ ਐਂਗਲ ਤੋਂ ਹੈ ਗੁਰਦੇਵ ਜੀ ਨੇ ਉਸੇ ਕਾਵ ਰੂਪ ਨੂੰ ਵਰਤ ਕੇ ਬਹੁਤ ਸੋਹਣਾ ਉਪਦੇਸ਼ ਬਹੁਤ ਸੋਹਣੀਆਂ ਵਿਚਾਰਾਂ ਬਖਸ਼ਿਸ਼ ਕੀਤੀਆਂ ਅਤੇ ਸਾਨੂੰ ਗਿਆਨ ਦਿੱਤਾ ਸੀ ਜ਼ਿੰਦਗੀ ਨੂੰ ਜੂਣਾ ਕਿਵੇਂ ਜਿਵੇਂ ਕਿ 12 ਮਹੀਨਿਆਂ ਦੀ ਗੱਲ ਚੱਲਦੀ ਹੈ ਉਹਨਾਂ 12 ਮਹੀਨਿਆਂ ਦੇ ਨਾਮ ਵਰਤ ਕੇ ਉਪਦੇਸ਼ ਦਿੱਤਾ ਸਾਨੂੰ ਸਤਗੁਰ ਜੀ ਨੇ ਬਹੁਤ ਪਿਆਰਾ ਇਦਾਂ ਹੀ ਗੁਰਬਾਣੀ ਦੇ ਵਿੱਚ ਜਿਹੜੇ ਸਾਡੇ ਸਮਾਜ ਵਿੱਚ ਪਏ ਹੋਏ ਭੁਲੇਖੇ ਸਨ ਉਹਨਾਂ ਭੁਲੇਖਿਆਂ ਨੂੰ ਕੱਢਣ ਵਾਸਤੇ ਸਤਪੁਰ ਜੀ ਨੇ ਏਡਾ ਵੱਡਾ ਖਜ਼ਾਨਾ ਸਾਨੂੰ ਬਾਣੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਸਾਧ ਸੰਗਤ ਜੀਓ ਕਿਉਂਕਿ ਇਹ ਜਿਹੜੇ ਦਿਨ ਨੇ ਇਹ ਕੁਝ ਦਿਨ ਸੂਰਜ ਨਾਲ ਸੰਬੰਧ ਰੱਖਦੇ ਨੇ ਕੁਝ ਚੰਦਰਮਾ ਨਾਲ ਦਿਨ ਸੰਬੰਧ ਰੱਖਦੇ ਨੇ ਸਾਡਾ ਚੰਦਰਮਾ ਤੇ ਸੂਰਜ ਨਾਲ ਕੋਈ ਮਤਲਬ ਨਹੀਂ ਹੈ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਡੇ ਵਿੱਚ ਜਿਨੋਸੀ ਵਿਪਰਨ ਕੀ ਰੀਤ ਕਹਿੰਨੇ ਆ ਉਹ ਘਰ ਘਰ ਚੁਕੀਆਂ ਨੇ ਅੱਜ ਤੁਹਾਨੂੰ ਹੋਰ ਲੱਗੀ ਮਿਲੇਗੀ ਦੌੜ ਲੱਗੀ ਮਿਲੇਗੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਉੱਥੇ ਬੋਰ ਲੱਗੇ ਹੁੰਦੇ ਉਹਨਾਂ ਵਿੱਚ ਤੁਹਾਨੂੰ ਕਿਸੇ ਗੁਰੂ ਦਾ ਕਿਸੇ ਸਿੱਖ ਦਾ ਸ਼ਹੀਦੀ ਦਿਨ ਗੁਰੂ ਪਾਤਸ਼ਾਹ ਦਾ ਕੋਈ ਪ੍ਰਕਾਸ਼ ਪੁਰਬ ਇਹ ਤਾਂ ਬਹੁਤ ਘੱਟ ਲਿਖੇ ਮਿਲਦੇ ਨੇ ਪਰ ਸੰਗਰਾਂਦ ਦਾ ਪਵਿੱਤਰ ਦਿਹਾੜਾ ਤੁਹਾਨੂੰ ਆਮ ਲਿਖਿਆ ਮਿਲੇਗਾ 15 20 ਦਿਨ ਪਹਿਲਾਂ ਹੀ ਲਿਖ ਕੇ ਲਾ ਦਿੱਤਾ ਜਾਂਦਾ ਹੈ ਸਭ ਪੱਕੇ ਲਿਖੇ ਹੋਏ ਨੇ ਰੰਗ ਦੇ ਨਾਲ ਹੀ ਵੀ ਸੰਗਰਾਮ ਤੇ ਉਸ ਤੋਂ ਬਾਅਦ ਫਿਰ ਜਿਹੜਾ ਕਿਹੜਾ ਕਿਹੜੀ ਤਰੀਕ ਨੂੰ ਆਉਣਾ ਉਹ ਦਿਨ ਪਾ ਦਿੱਤਾ ਜਾਂਦਾ ਹੈ ਪਹਿਲੀ ਗੱਲ ਤੇ ਸਮਝ ਲੈਣਾ ਜਿਹੜਾ ਸੰਗਰਾਮ ਸ਼ਬਦ ਹੈ ਇਹ ਸਕ੍ਰਾਂਤ ਤੋਂ ਬਣਿਆ ਹੈ ਸੰਸਕ੍ਰਿਤ ਦੇ ਸ਼ਬਦ ਸਕ੍ਰਾਂਤ ਤੋਂ ਪਾਉ ਜਦੋਂ ਸੂਰਜ ਇੱਕ ਰਾਸ਼ੀ ਵਿੱਚੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਉਸ ਸਮੇਂ ਨੂੰ ਸਕ੍ਰਾਂਤ ਕਹਿੰਦੇ ਨੇ 12 ਰਾਸ਼ੀਆਂ ਨੇ ਜਦੋਂ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਉਸ ਦੈਨ ਨੂੰ ਉਸ ਸਮੇਂ ਨੂੰ ਸਿਕਰਾਂਤ ਕਹਿੰਦੇ ਨੇ ਤੋ ਸਾਡਾ ਇਹਨਾਂ ਰਾਸ਼ੀਆਂ ਨਾਲ ਸੂਰਜ ਦਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਣ ਨਾਲ ਕੋਈ ਮਤਲਬ ਨਹੀਂ ਹੈ ਸਾਡਾ ਸਬੰਧ ਉਸ ਉਪਦੇਸ਼ ਨਾਲ ਹੈ ਜਿਹੜਾ ਉਪਦੇਸ਼ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖੂਬ ਸੂਰਤ ਤੇ ਸਵਰਨਾ ਵਧੀਆ ਬਣਾਉਣਾ ਹੈ ਪਰ ਕਿਤੇ ਨਾ ਕਿਤੇ ਅਗਿਆਨਤਾ ਵਸ ਕਿਉਂਕਿ ਇਹ ਜਿਹੜੇ 10 ਦਿਨ ਪਵਿੱਤਰ ਮੰਨੇ ਗਏ ਸੀ ਬਿੱਪਰ ਵੱਲੋਂ ਜਿਹਨੂੰ 10 ਪੁਰਬ ਵੀ ਬਾਣੀ ਚ ਆਇਆ ਹੈ ਇਦਾਂ ਦੇ ਸ਼ਬਦ ਪੁਰਬਦਾਰਥੀ ਅਸਲ ਦੇ ਵਿੱਚ ਇਹ ਸੀ ਜਿਹੜੇ 10 ਦਿਨ ਪਵਿੱਤਰ ਮੰਨੇ ਗਏ ਸੀ ਉਹ ਦਿਨ ਇਸ ਤਰ੍ਹਾਂ ਸੀ ਸੂਰਜ ਗ੍ਰਹਿਣ ਵਿੱਪਰ ਦੇ ਮੁਤਾਬਕ ਇਹ ਦਿਨ ਜਿਹੜੇ ਨੇ ਇਹ ਮੰਨੇ ਗਏ ਨੇ ਸੂਰਜ ਗ੍ਰਹਿਣ ਚੰਦਰਮਾ ਦਾ ਗ੍ਰਹਿਣ ਮੱਸਿਆ ਪੂਰਨਮਾਸੀ ਸੰਗ੍ਰਾਂਦ ਐਤਵਾਰ ਚਾਨਣਾ ਐਤਵਾਰ ਫਿਰ ਇਸ ਤੋਂ ਬਿਨਾ ਸੰਗ੍ਰਾਂਦ ਦੀ ਜਦੋਂ ਗੱਲ ਆਉਂਦੀ ਹੈ ਦੋ ਇਕਾਦਸ਼ੀਆਂ ਦੋ ਅਸ਼ਟਪਦੀਆਂ ਇਹ ਉਹਨੇ 10 ਦਿਨ ਪਵਿੱਤਰ ਮੰਨੇ ਸੀ ਕਿਉਂਕਿ ਇਹ ਵਿੱਪਰ ਵੱਲੋਂ ਮੰਨੇ ਗਏ ਸੀ ਦਿਨ ਪਵਿੱਤਰ ਬਾਣੀ ਨਹੀਂ ਸੀ ਮੰਦੀ ਬਾਣੀ ਦੇ ਮੁਤਾਬਕ ਤਾਂ ਸਾਰੇ ਦਿਨ ਚੰਗੇ ਨੇ ਨਾਨਕ ਸੋਈ ਦਿਨ ਸੁਸੁਹਾਵੜਾ ਗੁਰਬਾਣੀ ਨੂੰ ਤਰਕ ਸਭ ਤੋਂ ਵਧੀਆ ਦਿਨ ਕਿਹੜਾ ਹੈ ਜਿੱਤ ਪ੍ਰਭ ਆਵੇ ਚਿਤ ਜਦੋਂ ਸਾਨੂੰ ਮਾਲਕ ਚੇਤੇ ਆਉਂਦਾ ਜਾਨੀ ਕਿ ਜਦੋਂ ਸਾਡਾ ਸੱਚ ਨਾਲ ਨਾਤਾ ਜੁੜਦਾ ਹੈ ਜਦੋਂ ਸਾਡਾ ਸੱਚ ਨਾਲ ਸੰਬੰਧ ਜੁੜਦਾ ਹੈ ਜਦੋਂ ਅਸੀਂ ਸੱਚ ਦੀ ਗੋਦ ਵਿੱਚ ਬੈਠ ਕੇ ਚੰਗੇ ਕੰਮ ਕਰਦੇ ਸਾਡੇ ਵਾਸਤੇ ਸਭ ਤੋਂ ਵਧੀਆ ਉਹ ਪਲ ਉਹ ਮੈਂਟ ਉਹ ਸਕੈਂਟ ਉਹ ਘੜੀ ਉਹ ਪੈਰ ਉਹ ਦਿਨ ਨਾਨਕ ਸੋਈ ਦਿਨ ਸੁਸਹਾਵੜਾ ਜਿਤ ਪ੍ਰਭ ਆਵੇ ਚਿਤ ਤੇ ਨਾਲ ਇਹ ਵੀ ਕਹਤਾ ਜਿਤ ਦਿਨ ਵਿਸਰੈ ਪਾਰ ਬ੍ਰह्म ਫਿਟ ਭਲੇਰੀ ਰੁੱਤ ਜਦੋਂ ਸਾਨੂੰ ਮਾਲਕ ਭੁੱਲ ਜਾਏ ਜਦੋਂ ਅਸੀਂ ਸੱਚ ਨਾਲੋਂ ਲਿੰਕ ਤੋੜ ਬੈਠੀਏ ਕਹਿੰਦੇ ਉਹ ਕੱਲਾ ਦੇ ਨਹੀਂ ਉਹ ਰੁੱਤ ਵੀ ਸਾਡੇ ਵਾਸਤੇ ਬੜੀ ਭੈੜੀ ਤੇ ਬੜੀ ਖਤਰਨਾਕ ਹੈ ਤੋਂ ਸਤਗੁਰ ਨੇ ਇਹ ਭਲੇਖੇ ਦੂਰ ਕੀਤੇ ਪਰ ਆਮ ਵੇਖਣ ਚਾਹੁੰਦਾ ਇਹ ਸੰਗਰਾਮ ਜਿਹੜੇ ਸਾਡੇ ਸਮਾਜ ਵਿੱਚ ਜਿਹੜੀਆਂ ਰੀਤਾਂ ਜੁੜ ਚੁੱਕੀਆਂ ਨੇ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਕਿਤਨਾ ਕਿਤੇ ਦਾ ਅਸਰ ਸਾਡੇ ਸਮਾਜ ਵਿੱਚ ਐਸਾ ਪਿਆ ਸੰਗਰਾਮ ਦੇ ਨਾਲ ਬਹੁਤ ਗੱਲਾਂ ਜੁੜ ਚੁੱਕੀਆਂ ਨੇ ਸੰਗਰਾਮ ਵਾਲੇ ਦਿਨ ਮਹੀਨਾ ਕਿਹੜੇ ਇਨਸਾਨ ਦੇ ਮੂੰਹ ਸੁਣਨਾ ਹੈ ਇਹ ਵੀ ਸਮਾਜ ਵਿੱਚ ਇੱਕ ਵਹਿਮ ਹੈ ਜੇ ਕਿਤੇ ਉਸ ਉਸ ਮਹੀਨੇ ਕੋ ਬੰਦੇ ਕੋਲੋਂ ਮਾੜਾ ਕੰਮ ਹੋ ਜਾਏ ਗਲਤ ਘਟਨਾ ਵਾਪਰ ਜਾਏ ਤੇ ਕਿਹਾ ਜਾਂਦਾ ਐਰ ਕੀ ਪਤਾ ਨਹੀਂ ਕਿਹੜਾ ਕਲੇਣਾ ਮੇਰੇ ਮੱਥੇ ਲੱਗਾ ਸੀ ਇਹ ਬੜੀਆਂ ਗੱਲਾਂ ਨੇ ਹੁਣ ਗੁਰਬਾਣੀ ਜਿਸ ਵਹਿਮ ਤੋਂ ਸਾਨੂੰ ਕੱਢਦੀ ਸੀ ਅਸੀਂ ਸੰਗਰਾਦ ਮਨਾਉਂਦਿਆਂ ਮਨਾਉਂਦਿਆਂ ਉਹਨਾਂ ਵਹਿਮਾਂ ਦੇ ਸ਼ਿਕਾਰ ਹੋ ਗਏ ਆਮ ਤੁਹਾਨੂੰ ਕਈ ਕਹਿਣਗੇ ਲੈ ਇਹਨੇ ਬਾਨੇ ਬੰਦਾ ਗੁਰਦੁਆਰੇ ਹੋਉਂਦਾ ਹੈ ਸੰਗਰਾਦ ਵਾਲੇ ਦਿਨ ਇਹਨੇ ਬਾਨੇ ਬੰਦਾ ਬਾਣੀ ਪੜ ਆਉਂਦਾ ਹੈ ਨਾ ਜੋੜ ਨਹੀਂ ਆਉਂਦਾ ਸਗੋਂ ਟੁੱਟਦਾ ਹੈ ਪੁੱਛੋ ਕਿਦਾਂ ਇਹਦੇ ਨਾਲ ਵਹਿਮ ਕਿੰਨੇ ਜੁੜੇ ਹੋਏ ਨੇ ਬਾਣੀ ਸੁਣਨ ਕੌਣ ਜਾਂਦਾ ਹੈ ਤੁਸੀਂ ਦਰਬਾਰ ਸਾਹਿਬ ਵੇਖ ਲਓ ਜਿਸ ਦਿਨ ਸੰਗਰਾਦ ਵਾਲਾ ਦਿਨ ਹੋਏਗਾ ਉਸ ਦਿਨ ਕੀਰਤਨ ਕਿਹੜਾ ਹੋਇਆ ਕਿਹੜੇ ਸ਼ਬਦ ਪੜੇ ਕਿ ਨਹੀਂ ਮਤਲਬ ਜਦੋਂ ਭਾਈ ਸਾਹਿਬ ਉਹ ਸ਼ਬਦ ਗਾਉਣਗੇ ਕਿਸੇ ਵੀ ਗੁਰਦੁਆਰੇ ਚਲੇ ਜਾਓ ਤੁਸੀਂ ਵੇਖ ਲਓ ਕੱਲੇ ਦਰਬਾਰ ਸਾਹਿਬ ਦੀ ਗੱਲ ਨਹੀਂ ਜਦੋਂ ਹੀ ਮੰਨ ਲਓ ਮਾਘ ਦਾ ਮਹੀਨਾ ਸ਼ੁਰੂ ਹੋਇਆ ਹੈ ਮੱਘਰ ਦਾ ਮਹੀਨਾ ਆਰੰਭ ਹੋਇਆ ਹੈ ਪੋ ਦਾ ਮਹੀਨਾ ਆਰੰਭ ਹੋਇਆ ਹੈ ਚੇਦ ਦਾ ਮਹੀਨਾ ਆਰੰਭ ਚੇਤ ਗੁਬਿੰਦਾਰਾ ਦੇ ਜਦੋਂ ਚੇਤ ਆ ਗਿਆ ਨਾਲ ਹੀ ਮੱਥਾ ਟੇਕ ਦੇਣਾ ਅਸੀਂ ਤਾਂ ਮਹੀਨਾ ਸੁਣਨਾ ਚਾਹੁੰਨੇ ਆ ਸਾਨੂੰ ਉਪਦੇਸ਼ ਨਾਲ ਕੋਈ ਮਤਲਬ ਨਹੀਂ ਫਿਰ ਉਹਦੇ ਨਾਲ ਵਹਿਮ ਕਿੰਨੇ ਜੁੜੇ ਹੋਏ ਨੇ ਕਿਸੇ ਨੂੰ ਸੰਗਰਾਮ ਵਾਲੇ ਦਿਨ ਪੈਸੇ ਨਹੀਂ ਦੇਣੇ ਕੂ ਬੰਦਾ ਬਿਮਾਰ ਹੋਵੇ ਸੰਗਰਾਂਦ ਵਾਲੇ ਦਿਨ ਮੈਡੀਸਨ ਨਹੀਂ ਲਿੰਦਾ ਕਹਿੰਦਾ ਮਹੀਨਾ ਹੀ ਮੈਨੂੰ ਮੈਡੀਸਨ ਦਵਾਈ ਲੈਣੀ ਪੈਣੀ ਹੈ ਡਾਕਟਰ ਕੋ ਮਹੀਨਾ ਹੀ ਜਾਣਾ ਪੈਣਾ ਸੰਗਰਾਂਦ ਵਾਲੇ ਦਿਨ ਕਿਤੇ ਸਫਰ ਨਹੀਂ ਕਰਦਾ ਵੀ ਮਹੀਨਾ ਹੀ ਸਫਰ ਕਰਨਾ ਪੈਣਾ ਮੈਨੂੰ ਕਿਸ ਰਿਸ਼ਤੇਦਾਰ ਦੇ ਕੋਲ ਜਾਣ ਤੋਂ ਗੁਰੇਜ ਕਰਦਾ ਸੰਗਰਾਂਦ ਵਾਲੇ ਦਿਨ ਤੁਸੀਂ ਵੇਖਿਆ ਬਹੁਤੇ ਲੋਕ ਦਾਨਪੁਨ ਕਰਦੇ ਨੇ ਖਾਸ ਕਰਕੇ ਜਿਹੜੀ 마ਗ ਦੀ ਜਿਹੜੀ ਉਹ ਸੰਗਰਾਂਦ ਹੈ 마ਗ ਦਾ ਮਹੀਨਾ ਪੂਰਾ ਤੁਸੀਂ ਵੇਖੋ ਕਿਉਂਕਿ ਉਹਦੇ ਵਿੱਚ ਆਇਆ 마ਗ ਮੱਜਨ ਮਾਗ ਮਜਨ ਸੰਗ ਸਾਧੂ ਅਤੂੜੀ ਕਰਿ ਇਸ਼ਨਾਨ ਹਰਕਾ ਨਾਮ ਤੇ ਆਏ ਸੋ ਸਭਨਾਂ ਨੂੰ ਕਰਦਾਨ ਉਥੇ ਗੱਲ ਕਿਸੇ ਹੋਰ ਵਸਤੂ ਨੂੰ ਦਾਨ ਕਰਨ ਦੀ ਸੀ ਨਾਮ ਦੀ ਗੱਲ ਸੀ ਸੱਚ ਦੀ ਗੱਲ ਸੀ ਗੁਣਾ ਦੀ ਗੱਲ ਸੀ ਤੇ ਉਹ ਐਸਾ ਬਣਾਤਾ ਵੀ ਮਾਗ ਦੇ ਮਹੀਨੇ ਚ ਕੀਤਾ ਹੋਇਆ ਦਾਨ ਕਈ ਗੁਣਾ ਵੱਧ ਫਲ ਕੇ ਮਨੁੱਖ ਨੂੰ ਮਿਲਦਾ ਫਿਰ ਕਹਿਣਗੇ ਲੋਏ ਇਨੇ ਬੰਦੇ ਬੰਦਾ ਸੰਗਰਾਨ ਦੇ ਵਾਲੇ ਬਿਨ ਲੰਗਰ ਲਾਉਂਦੇ ਜਰੂਰੀ ਨਹੀਂ ਜਰੂਰੀ ਨਹੀਂ ਵੀ ਕੋਈ ਸੰਗਰਾਮ ਵਾਲੇ ਦਿਨ ਕੋਈ 10 20 30 40 50 ਰੁਪਇਆ ਜਾ ਕੇ ਉੱਥੇ ਦੇਵਤੇ ਇਹਦੇ ਨਾਲ ਉਹ ਧਰਮੀ ਬਣ ਗਏ ਹੋ ਸਕਦਾ ਹੋਮੇ ਦਾ ਸ਼ਿਕਾਰ ਹੋਵੇ ਮਾਫ ਕਰਨਾ ਸਾਰੇ ਕੋਈ ਨਹੀਂ ਪਰ ਵਾਸਤਵ ਵਿੱਚ ਐਸਾ ਹੁੰਦਾ ਹੈ ਬੰਦਾ ਕੰਨ ਲਾ ਲਾ ਕੇ ਸੁਣਦਾ ਹੈ ਕਿ ਜਿਹੜੇ ਮੈਂ ਪੈਸੀ ਗੁਰਦੁਆਰੇ ਦੇ ਕੇ ਆਇਆ ਮੇਰਾ ਭਾਈ ਸਾਹਿਬ ਨੇ ਜੇ ਨਾਮ ਗੁਰਦੁਆਰਿਆਂ ਚ ਲੜਾਈਆਂ ਪਈਆਂ ਵੇਖੀਆਂ ਨੇ ਬੰਦੇ ਨੇ ਗੁਰਦੁਆਰੇ ਪੈਸੇ ਦਿੱਤੇ ਹੁਣ ਉਹਦਾ ਅਰਦਾਸ ਵਿੱਚ ਨਾਮ ਨਾ ਲਿਆ ਜਾਏ ਤੇ ਕਈ ਵਾਰੀ ਕਮੇਟੀ ਦੇ ਸਮੇਤ ਗ੍ਰੰਥੀ ਤੇ ਗੱਲ ਪੈਣ ਤੱਕ ਜਾਂਦਾ ਹੈ ਤੂੰ ਕਦੀ ਸੋਚ ਕੇ ਵੇਖਣਾ ਤੁਸੀਂ ਜਿਸ ਵਹਿਮ ਚੋਂ ਜਿਸ ਦਲਦਲ ਚੋਂ ਸਾਨੂੰ ਸਤਿਗੁਰ ਦੀ ਬਾਣੀ ਕੱਢਦੀ ਸੀ ਕਿਉਂਕਿ ਬਾਣੀ ਦੀ ਸਹੀ ਵਿਚਾਰ ਨਾ ਹੋਣ ਕਰਕੇ ਜਿਸ ਵਿਪਰਵਾਦ ਦੇ ਖਾਰੇ ਸਾਗਰ ਚੋਂ ਕੱਢਣ ਲਈ ਸਾਨੂੰ ਉਹਨਾਂ ਮਹਾਨ ਯੋਧਿਆਂ ਨੇ ਸਾਡੇਆਂ ਪੁਰਖਿਆਂ ਨੇ ਦਿਨ ਰਾਤ ਇਹ ਕੀਤਾ ਅੱਜ ਉਸੇ ਖਾਰੇ ਸਾਗਰ ਵਿੱਚ ਅਸੀਂ ਫਿਰ ਡਿੱਗੇ ਪਏ ਹ ਇਹ ਤੇ ਇਦਾਂ ਹੋ ਗਿਆ ਕਿ ਅਸੀਂ ਉਸ ਗੁਰਬਾਣੀ ਦੇ ਉਪਦੇਸ਼ ਨੂੰ ਨਾ ਸਮਝ ਕੇ ਜਿਹੜੇ ਉਪਦੇਸ਼ ਸਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤੇ ਸੀ ਅਸੀਂ ਸੰਗਰਾਂਦਾਂ ਦੇ ਮਸਿਆ ਦੇ ਪੂਰਨਮਾਸਿਆਂ ਦੇ ਇਹਨਾਂ ਦੇ ਦਿਨਾਂ ਦੇ ਵਹਿਮ ਵਿੱਚ ਪੈ ਕੇ ਅਸੀਂ ਤੈਅ ਕਰ ਲਏ ਵੀ ਆਹ ਦਿਨ ਚੰਗੇ ਨੇ ਆਹ ਦਿਨ ਮਾੜੇ ਨੇ ਬਾਣੀ ਨਹੀਂ ਮੰਨਦੀ ਬਾਣੀ ਮਤਾਬਕ ਸਾਰੇ ਦਿਨ ਚੰਗੇ ਨੇ ਸਾਰੇ ਦਿਨ ਮਾੜੇ ਨੇ ਜਦੋਂ ਅਸੀਂ ਸੱਚ ਨਾਲ ਜੁੜਦੇ ਹਾਂ ਗੁਰਦੇਵ ਜੀ ਨੇ ਇਹਨਾਂ ਵਹਿਮਾਂ ਚੋਂ ਸਾਨੂੰ ਬਾਹਰ ਕੱਢਿਆ ਤੁਸੀਂ ਵੇਖੋ ਇੱਕ ਹੋਰ ਵਹਿਮ ਜਦੋਂ ਸਾਡੇ ਸਮਾਜ ਵਿੱਚ ਇਦਾਂ ਦੇ ਵਹਿਮ ਪਾਏ ਜਾਂਦੇ ਤੁਸੀਂ ਘਰੋਂ ਬਾਹਰ ਨਿਕਲਣ ਲੱਗੋ ਤੁਹਾਡੇ ਮੱਥੇ ਕੌਣ ਲੱਗਾ ਹੈ ਜੇ ਬੰਦਾ ਚੰਗਾ ਮੱਥੇ ਮਤਲਬ ਅਸੀਂ ਇਨਸਾਨਾਂ ਨੇ ਬੰਦੇ ਵੀ ਤੈਅ ਕੀਤੇ ਹੁੰਦੇ ਨੇ ਆਹ ਮੱਥੇ ਲੱਗਾ ਤੇ ਚੰਗਾ ਐ ਉਹ ਮੱਥਾ ਲੱਗੇ ਤੇ ਮਾੜਾ ਐ ਐਨੇ ਮਹੀਨਾ ਸੁਨਾਤਾ ਚੰਗਾ ਐ ਖਾਸ ਕਰਕੇ ਬੀਬੀਆਂ ਬੀਬੀਆਂ ਦੇ ਮੂੰਹੋਂ ਮਹੀਨਾ ਦਾ ਨਾਂ ਸੁਣਨਾ ਨਹੀਂ ਚਾਹੁੰਦੀਆਂ ਉਹ ਕਹਿੰਦੀਆਂ ਨਾ ਸਾਨੂੰ ਕੋਈ ਚੰਗਾ ਬੰਦਾ ਮਹੀਨੇ ਦਾ ਨਾਂ ਸੁਣਾਵੇ ਤੇ ਸਾਡਾ ਮਹੀਨਾ ਮਹੀਨੇ ਦੇ ਨਾਂ ਸੁਣਿਆ ਮਹੀਨਾ ਚੰਗਾ ਨਹੀਂ ਲੱਗਣਾ ਤੁਹਾਨੂੰ ਕੰਮ ਚੰਗੇ ਕਰਨੇ ਪੈਣੇ ਨੇ ਜ਼ਿੰਦਗੀ ਦੇ ਵਿੱਚ ਅਸੂਲ ਚੰਗੇ ਲੈ ਕੇ ਆਉਣੇ ਪੈਂਦੇ ਨੇ ਸੱਚ ਦੀ ਵਿਚਾਰਨਾ ਜੁੜਨਾ ਪੈਣਾ ਤੋਂ ਤੁਸੀਂ ਵੇਖਿਓ ਬਹੁਤ ਵੱਡੀ ਸੰਗਰਾਮ ਦਾ ਵਾਲੇ ਦਿਨ ਸਪੈਸ਼ਲ ਕਿਉਂਕਿ ਇਹਦੇ ਪਿੱਛੇ ਇੱਕ ਵਜ੍ਹਾ ਹੈ ਆਮ ਪਿੰਡਾਂ ਸ਼ਹਿਰਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਸਪੈਸ਼ਲ ਉਹਦੋਂ ਦੀਗ ਬਣਦੀ ਆਮ ਗੁਰਦੁਆਰਿਆਂ 'ਚ ਰੂਟੀਨ ਨਾਲ ਦੀਗ ਬਣਦੀ ਹੈ ਆਮ ਗੁਰਦੁਆਰਿਆਂ 'ਚ ਰੂਟੀਨ ਨਾਲ ਦੀਗ ਬਣਦੀ ਹੈ ਸਵੇਰੇ ਸ਼ਾਮ ਪਰ ਕਈਆਂ ਗੁਰਦੁਆਰਿਆਂ ਵਿੱਚ ਸਿਰਫ ਸੰਗਰਾਮ ਵਾਲੇ ਦਿਨ ਦੀਗ ਬਣਦੀ ਉਹ ਦਿਨ ਫਿਰ ਮਾਹਾਂ ਭੋਲੀਆਂ ਬੱਚਿਆਂ ਨੂੰ ਉਠਾ ਕੇ ਅੱਜ ਤੇ ਗੁਰਦੁਆਰੇ ਹੋਇਆ ਅੱਜ ਤੇ ਸੰਗਰਾਮ ਹੈ ਤੂੰ ਦਿਮਾਗ ਚ ਕੀ ਬਿਠਾਇਆ ਜੇ ਤੂੰ ਅੱਜ ਜਾਏਂਗਾ ਤੇਰਾ ਦਿਨ ਸਾਰਾ ਮਹੀਨਾ ਚੰਗਾ ਕੋਈ ਇਦਾਂ ਦਾ ਸਕੂਲ ਨਹੀਂ ਹੈ ਜਿੱਥੇ ਇੱਕ ਦਿਨ ਬੰਦਾ ਹਾਜ਼ਰੀ ਲਵਾਏ ਤੇ 29 ਦਿਨ ਉਹਨੂੰ ਜਾਣ ਦੀ ਲੋੜ ਹੀ ਨਾ ਪਵੇ ਕੋਈ ਐਸਾ ਸਕੂਲ ਹੈ ਉੱਥੇ ਤੁਹਾਨੂੰ ਜਿੱਦਣ ਜਾਓਗੇ ਉਹ ਦਿਨ ਹਾਜ਼ਰੀ ਲੱਗੇਗੀ ਤੁਹਾਡੀ ਪਰ ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਕੂਲ ਕਿ ਐਸਾ ਬਣਾਤਾ ਕਿਉਂਕਿ ਬਿਪਰਵਾਦ ਦੇ ਖਾਰੇ ਸਾਗਰ ਸੰਸੁੱਟੇ ਜਾ ਰਹੇ ਅਸੀਂ ਡਿਗ ਪਏ ਫਿਰ ਇਦਾਂ ਉਦੇ ਵਿੱਚ ਬਹੁਤ ਵੱਡਾ ਕਸੂਰ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਉੱਥੇ ਬੈਠੇ ਗ੍ਰੰਥੀ ਸਿੰਘਾਂ ਦਾ ਵੀ ਆ ਜਿਹੜੇ ਐਦਾਂ ਬੋਲਦੇ ਨੇ ਸੇਰੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਜੇ ਕੋਈ ਉਥੇ ਪੁੱਛੇ ਵੀ ਜੇ ਇਹ ਪਵਿੱਤਰ ਤੇ ਬਾਕੀ ਆਪਵਿੱਤਰ ਨੇ ਦਿਨ ਪਵਿੱਤਰ ਤੇ ਅਪਵਿੱਤਰ ਨਹੀਂ ਹੁੰਦੇ ਬੰਦੇ ਦੇ ਕੰਮ ਨੇ ਤੁਹਾਨੂੰ ਤੁਹਾਡੇ ਕੰਮਾਂ ਨੇ ਤੁਹਾਨੂੰ ਪਵਿੱਤਰ ਬਣਾਉਣਾ ਹੈ ਤੁਹਾਡੇ ਕੰਮਾਂ ਨੇ ਤੁਹਾਨੂੰ ਅਪਵਿੱਤਰ ਬਣਾਉਣਾ ਹੈ ਗੱਲ ਇਥੇ ਅਨਕੇ ਡਿਪੈਂਡ ਕਰਦੀ ਤੋ ਸਾਧ ਸੰਗਤ ਜੀ ਜਿਸ ਵਹਿਮ ਤੋਂ ਸਾਨੂੰ ਸਤਿਗੁਰੂ ਜੀ ਨੇ ਬਾਹਰ ਕੱਢਿਆ ਉਸੇ ਵਹਿਮ ਦੇ ਸੀ ਅੱਜ ਸ਼ਿਕਾਰ ਹੋ ਕੇ ਬੈਠੇ ਆ ਉਸੇ ਵੇ ਮੂਸੇ ਦਲਦਲ ਦੇ ਵਿੱਚ ਅਸੀਂ ਡਿੱਗੇ ਪਏ ਆ ਫਿਰ ਸੰਗਰਾਮ ਦੇ ਇਹਨਾਂ 12 ਦੇ ਜਿਹੜੇ 12 ਮਹੀਨੇ ਨੇ ਜਿਵੇਂ ਜਦੋਂ ਆਪਾਂ ਆਰੰਭ ਕਰਦੇ ਆ ਚੇਤ ਗੁਬਿੰਦ ਅਰਾਧਿਏ ਹੋਵੇ ਅਨੰਤ ਕਣਾ ਅੱਗੇ ਜਾ ਕੇ ਜਦੋਂ ਆਪਾਂ ਕੱਲੇ-ਕੱਲੇ ਸ਼ਬਦ ਦੀ ਵਿਚਾਰ ਕਰਾਂਗੇ ਆਪਾਂ ਇਹਨਾਂ ਬਰੀਕੀ ਨਾਲ ਵੇਖਾਂਗੇ ਕਿਦਾਂ ਗੁਰੂ ਦੇਵ ਪਿਤਾ ਮਹਾਰਾਜੀ ਨੇ ਸਾਨੂੰ ਕਿੰਨਾ ਸੁਹਣਾ ਉਪਦੇਸ਼ ਬਖਸ਼ਿਸ਼ ਕੀਤਾ ਕਦੇ ਵੇਖੋ ਜੀ ਲੈ ਅਕਈ ਤੁਹਾਨੂੰ ਇਦਾਂ ਦੇ ਬੰਦੇ ਵੀ ਮਿਲਦੇ ਨੇ ਵੇਖੋ ਜੀ 12 ਮਹੀਨਿਆਂ ਦਾ ਨਾਮ ਮਾਰੇ ਨੇ ਆਇਆ ਤੇ ਦਾ ਅਰਥ ਸੰਗਰਾਮ ਮਨਾਉਣੀ ਚਾਹੀਦੀ ਹੈ ਹੁਣ ਉਹਨਾਂ ਦੇ ਸਵਾਲ ਦਾ ਜਵਾਬ ਇਹ ਹੈ ਜਿਹੜੇ ਕਹਿੰਦੇ ਵੇਖੋ ਜੀ ਮਹਾਰਾਜ ਨੇ 12 ਮਹੀਨਿਆਂ ਦਾ ਨਾਮ ਐਵੇਂ ਲੈਤਾ ਗੁਰਬਾਣੀ ਵਿੱਚ ਤਾਂ ਦਿਨ ਰੈਣ ਵੀ ਹੈਗੇ ਨੇ ਦਿਨ ਰੈਣ ਦੇ ਸਰਲੇਖੇਟ ਵੀ ਬਾਣੀ ਹੈਗੀ ਹੈ ਫਤੇ ਦੇ ਮੁਤਾਬਕ ਦਿਨ ਰੈਣ ਦਿਨੇ ਵੀ ਜਾਣਾ ਚਾਹੀਦਾ ਰਾਤ ਵੀ ਜਾਣਾ ਚਾਹੀਦਾ ਦਿਨ ਰੈਣ ਇਸਲੇਖੇਟ ਵੀ ਬਾਣੀ ਹੈਗੀ ਹੈ 7 ਵਾਰ 7 ਵਾਰ ਸਰਲੇਖੇਟ ਵੀ 7ਾਂ ਵਾਰਾਂ ਦੀ ਕੱਲੇ-ਕੱਲੇ ਵਾਰ ਦਾ ਨਾਮ ਹੀ ਸ਼ਬਦ ਦੇ ਨਾਲ ਇੱਕ-ਇੱਕ ਵਾਰ ਇੱਕ ਇੱਕ ਵਾਰ ਇੱਕ ਇੱਕ ਸ਼ਬਦ ਵੀ ਗੁਰਦੇਵ ਜੀ ਨੇ ਉਚਾਰਨ ਕੀਤਾ ਇਸ ਤੋਂ ਬਾਅਦ ਰੁੱਤੀ ਰੁੱਤਾਂ ਦੀ ਗੱਲ ਪੈਰੇ ਤੋ ਗੁਰਦੇਵ ਪਿਤਾ ਬਨੇ ਪੈਰ ਹੋ ਗਏ ਰੋਤ ਹੋ ਗਏ ਰੁੱਤਾਂ ਦੀ ਗੱਲ ਹੋ ਗਈ ਦਿਨ ਰੈਣ ਹੋ ਗਈ ਸੱਤ ਵਾਰ ਹੋ ਗਿਆ ਤੇ ਇਸ ਮੁਤਾਬਕ ਤਾਂ ਫਿਰ ਆਪਾਂ ਦਿਨ ਰੈਣ ਰਾਤ ਵੀ ਜਾਣਾ ਪੈਣਾ ਦਿਨੇ ਵੀ ਜਾਣਾ ਫਿਰ ਰਾਤ ਵੀ ਮਨਾਓ ਦਿਨ ਵੀ ਮਨਾਓ ਪੈਰ ਵੀ ਮਨਾਓ ਆਮੀ ਕਹਿੰਦੇ ਨਾ ਸਾਡੇ ਸਾਡੇ ਮੂੰਹ ਤੇ ਇੱਕ ਲਵ ਚੜਿਆ ਕਿੱਥੇ ਚੱਲੇ ਸਮਰਾਦ ਮਨਾਉਣ ਚੱਲੇ ਸਵਾਲੇ ਪੈਦਾ ਰੁੱਸੀ ਹੈ ਜਿਹਨੂੰ ਮਨਾਉਣ ਚੱਲੇ ਤੁਸੀਂ ਮਨਾਉਣਾ ਤੇ ਗੁਰੂ ਸੀ ਉਹ ਕਿਦਾਂ ਸੀ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨੇ ਗੁਰੂ ਮਨਾਇਆ ਮਨਾਉਣਾ ਤੇ ਗੁਰੂ ਸੀ ਮਨਾਉਣਾ ਸੰਗਰਾਮਾਂ ਤੁਰ ਪਏ ਸੀ ਲੈਣਾ ਤੇ ਉੱਥੇ ਉਪਦੇਸ਼ ਸੀ ਗੁਰੂ ਪਾਤਸ਼ਾਹ ਦਾ ਅਸੀਂ ਤੇ ਸੰਗਰਾਮਾਂ ਦੇ ਨਾਮ ਸੁਣ ਕੇ ਘਰਾਂ ਨੂੰ ਆ ਗਏ ਉੱਥੋਂ ਉੱਟ ਕੇ ਤੋਂ ਜਿਸ ਦਲਦ ਜਿਹੜੇ ਕਹਿੰਦੇ ਨੇ ਇਹਦਾ ਨੁਕਸਾਨ ਕੀਦਾ ਨੁਕਸਾਨ ਇਹ ਹੈ ਵੀ ਜਿਸ ਬਾਣੀ ਨੇ ਸਾਨੂੰ ਵਹਿਮਾਂ ਤੋਂ ਕੱਢਣਾ ਸੀ ਅਸੀਂ ਸੰਗਰਾਂਦ ਦੇ ਨਾਂ ਇੱਥੇ ਉਹਨਾਂ ਵਹਿਮਾਂ ਦੇ ਫਿਰ ਸ਼ਿਕਾਰ ਹੋ ਗਏ ਇਹਦੇ ਨਾਲ ਤੁਸੀਂ ਡੇਰੇ ਵੇਖੋ ਪੰਜਾਬ 'ਚ ਕਿੰਨੇ ਪ੍ਰਚਲਿਤ ਨੇ ਜਿੱਥੇ ਪੂਰਨਮਾਸੀ ਬਹੁਤ ਲੱਗਦੀ ਹੈ ਕਈ ਡੇਰੇ ਜਿੱਥੇ ਪੂਰਨਮਾਸੀ ਬਹੁਤ ਜ਼ਿਆਦਾ ਲੱਗਦੀ ਹੈ ਉੱਥੇ ਪੂਰਨਮਾਸੀ ਤੇ ਲੋਕ ਆਉਂਦੇ ਨੇ ਉੱਥੇ ਬਾਣੀ ਨਾਲ ਥੋੜਾ ਕੋਈ ਮਤਲਬ ਹੈ ਮੈਂ ਤੇ ਪੂਰਨਮਾਸੀ ਦਾ ਇਸ਼ਨਾਨ ਕਰ ਚੱਲੇ ਮੱਸਿਆ ਮੈਂ ਤੇ ਮੱਸਿਆ ਤੇ ਇਸ਼ਨਾਨ ਕਰ ਚੱਲੇ ਆ ਮੈਂ ਤੇ ਹੁਣ ਇਹ ਦਿਨ ਤਾਂ ਸੂਰਜ ਚੰਦਰਮ ਇਹ ਦਿਨ ਤਾਂ ਸੂਰਜ ਦੇ ਸੀ ਮਾਫ ਕਰਨਾ ਸੰਗਰਾਦ ਨਾਲ ਸੂਰਜ ਨਾਲ ਸਾਡਾ ਕੀ ਮਤਲਬ ਹੈ ਸਾਡਾ ਕੀ ਸੰਬੰਧ ਹੈ ਆ ਕਈ ਗੁਰਦੁਆਰਿਆਂ ਤੁਸੀਂ ਵੇਖੋ ਸੰਗਰਾਦ ਵਾਲੇ ਦਿਨ ਸਪੈਸ਼ਲ ਦੀਵਾਨ ਸੱਜਣਾ ਭਾਈ ਤਾਰੂ ਸਿੰਘ ਦਾ ਸ਼ੀਦੀ ਦਿਨ ਆਉਂਦਾ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਗੁਰੂ ਪਾਤਸ਼ਾਹ ਦਾ ਕੋਈ ਪ੍ਰਕਾਸ਼ ਪੁਰਮੇ ਭਗਤਾਂ ਦੇ ਦਿਨ ਆਉਂਦੇ ਨੇ ਕੋਈ ਪਟ ਸਾਹਿਬਾਨਾਂ ਦੇ ਦਿਨ ਆਉਂਦੇ ਨੇ ਤੁਸੀਂ ਉਹਨਾਂ ਦੇ ਦਿਨ ਉਹਨਾਂ ਦੇ ਨਾਲ ਸੰਬੰਧਿਤ ਕੋਈ ਦੀਵਾਨ ਰੱਖੋ ਕੋਈ ਬਾਣੀ ਦੀ ਵਿਚਾਰ ਕਰ ਲਓ ਉੱਥੇ ਬੈਠ ਕੇ ਆਪੇ ਹੀ ਤੁਸੀਂ ਨਾ ਕਿਸੇ ਨੂੰ ਪਾਸੇੋਂ ਬਲਾਓ ਆਪ ਬੈਠ ਕੇ ਵਿਚਾਰਾ ਕਰ ਲਓ ਬਾਣੀ ਦੀਆਂ ਅੱਜ ਕੱਲ ਤਾਂ ਗ੍ਰੰਥੀ ਸਿੰਘ ਵੀ ਬਹੁਤ ਸੋਹਣੀਆਂ ਵਿਚਾਰਾ ਕਰਨ ਲੱਗ ਪਏ ਨੇ ਕੋਈ ਸੰਗਤ ਉੱਠ ਕੇ ਭਾਈ ਉੱਥੇ ਉਸ ਦਿਨ 10-15 ਮਿੰਟ ਉਪਦੇਸ਼ ਦੇਵੇ ਬਾਣੀ ਦਾ ਬਾਣੀ ਆਖੇਂਦੀ ਹਰ ਇੱਕ ਨੂੰ ਸਾਨੂੰ ਸਤਗੁਰ ਜੀ ਨੇ ਪ੍ਰਚਾਰਕ ਬਣਾਇਆ ਹੈ ਗ੍ਰੰਥੀ ਕਲਾ ਗੁਰਦੁਆਰੇ ਬੈਠਣ ਵਾਲਾ ਨਹੀਂ ਹੈ ਜਿਹਦਾ ਵੀ ਸੰਬੰਧ ਇਸ ਗ੍ਰੰਥ ਨਾਲ ਉਹ ਸਾਰੇ ਗ੍ਰੰਥੀ ਨੇ ਭਾਵੇਂ ਸਕੂਲ ਟੀਚਰ ਹੋਵੇ ਭਾਵੇਂ ਕੋਈ ਪੁਲਿਸ ਅਫਸਰ ਹੋਵੇ ਭਾਵੇਂ ਕੋਈ ਡਾਕਟਰ ਹੋਵੇ ਬੜੇ ਬੜੇ ਪਿੰਡ ਵਿਖੇ ਨੇ ਜਿਨ੍ਹਾਂ ਪਿੰਡਾਂ ਵਿੱਚ ਉਹਨਾਂ ਗਰੰਥੀ ਵੀ ਨਹੀਂ ਰੱਖਿਆ ਉਹ ਕਹਿੰਦੇ ਆਸੀਂ ਆਪੇ ਰਲ ਕੇ ਬਾਣੀ ਪੜਦੇ ਜ ਆਪੇ ਰਲ ਕੇ ਪਾਠ ਕਰਦੇ ਆਪੇ ਰਲ ਕੇ ਅਸੀਂ ਕਸ਼ਮੀਰ ਗਏ ਸੀ ਉੱਥੇ ਕੁਝ ਇਲਾਕਿਆਂ ਵਿੱਚ ਉਹਨਾਂ ਨੇ ਗਰੰਤੀ ਰੱਖਿਆ ਹੀ ਨਹੀਂ ਉਹ ਸਵੇਰੇ ਉੱਠ ਕੇ ਆਪ ਰਲ ਕੇ ਪ੍ਰਕਾਸ਼ ਕਰਦੇ ਆਪ ਰਲ ਕੇ ਉੱਥੇ ਸੇਵਾ ਕਰਦੇ ਅਸੀਂ ਤੇ ਡਿਪੈਂਡ ਹੋ ਗਏ ਆ ਕਿਸੇ ਤੇ ਮਾਫ ਕਰਨਾ ਇੱਥੋਂ ਨੁਕਸਾਨ ਸਾਡਾ ਸਭ ਤੋਂ ਵੱਡਾ ਇੱਥੇ ਹੋਇਆ ਜੇ ਐਸੀ ਰੱਖਿਆ ਤੇ ਉਹਦੇ ਕੋਲ ਬੈਠ ਕੇ ਸੁਣੋ ਪੜੋ ਵਿਚਾਰੋ ਤਾਂ ਕਿ ਵਹਿਮਾਂ ਦਾ ਸਭ ਤੋਂ ਪਹਿਲੀ ਗੱਲ ਹੈ ਗ੍ਰੰਥੀ ਤੋਂ ਪਹਿਲਾਂ ਪ੍ਰਬੰਧਕ ਕਮੇਟੀਆਂ ਸੁਚੇਤ ਹੋਣੀਆਂ ਚਾਹੀਦੀਆਂ ਗਿਆਨਮਾਨ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਉੱਥੇ ਗ੍ਰੰਥੀ ਵਧੀਆ ਪ੍ਰਚਾਰ ਕਰ ਪਾਏਗਾ ਨਹੀਂ ਤੇ ਮਾਫ ਕਰਨਾ ਜੇ ਪ੍ਰਬੰਧਕ ਕਮੇਟੀਆਂ ਕੋਲ ਗਿਆਨ ਹੈ ਨਹੀਂ ਤੇ ਕੱਲੇ ਗ੍ਰੰਥੀ ਪ੍ਰਚਾਰ ਦਾ ਗਿਆਨ ਕਿਸ ਅਰਥੇ ਅਗਲਿਆਂ ਉੱਥੇ ਚੱਲਣੇ ਨਹੀਂ ਦੇਣੀ ਉਹਦੀ ਤੋ ਜਿਸ ਵਹਿਮ ਚੋਂ ਜਿਸ ਦਲਦਲ ਚੋਂ ਸਾਨੂੰ ਸਤਿਗੁਰ ਦੀ ਬਾਣੀ ਨੇ ਬਾਹਰ ਕੱਢਿਆ ਸੀ ਸੰਗਰਾਮ ਨਾਲ ਬੜੇ ਵੱਡੇ ਵਹਿਮ ਸਾਡੇ ਸਮਾਜ ਵਿੱਚ ਪਾਏ ਗਏ ਤੋ ਅੱਜ ਵੀ ਪਏ ਹੋਏ ਨੇ ਤੋ ਇਹ 12 ਮਾ ਬਾਣੀ ਦੇ 14 ਸ਼ਬਦ ਨੇ ਪਹਿਲਾ ਸ਼ਬਦ ਭੂਮਿਕਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਇਸ ਤੋਂ ਬਾਅਦ ਚੇਤ ਗੁਬਿੰਦ ਅਰਾਧੀ ਹੈ ਜਦੋਂ ਆਪਾਂ ਪੜਾਂਗੇ ਧਿਆਨ ਨਾਲ ਸੁਣਾਂਗੇ ਸ਼ਬਦ ਦੀ ਵਿਚਾਰ ਕਰਾਂਗੇ ਅਖੀਰ ਤੱਕ ਫਲਗੁਣ ਅਨੰਦੋ ਪਾਰ ਜਨਾ ਉਸ ਤੋਂ ਬਾਅਦ ਅਖੀਰ ਤੇ ਇਹ 14 ਸ਼ਬਦ ਨੇ 12 ਮਹੀਨਿਆਂ ਦਾ ਨਾਮ ਲਿਆ ਹੈ ਦੋ ਇਹਦੇ ਨਾਲ ਸ਼ਬਦ ਇੱਕ ਆਰੰਭ ਚ ਆਇਆ ਇੱਕ ਅਖੀਰ ਤੇ ਆਇਆ ਤਾਂ ਆਪਾਂ ਲੜੀ ਵਾਰ ਇੱਕ ਇੱਕ ਸ਼ਬਦ ਦੀ ਜਾਂ ਵਿਚਾਰ ਕਰਦੇ ਜਾਵਾਂਗੇ ਗੁਰਦੇਵ ਜੀ ਨੇ ਤਾਂ ਵਹਿਮਾਂ ਚੋਂ ਸਾਨੂੰ ਬਾਹਰ ਕੱਢਿਆ ਪਰ ਸੰਗਰਾਮ ਨਾਲ ਕਿੱਡੇ ਵੱਡੇ ਵਹਿਮ ਸਾਡੇ ਸਮਾਜ ਵਿੱਚ ਖੜੇ ਕਰ ਦਿੱਤੇ ਗਏ ਉਹਦੇ ਪਿੱਛੇ ਇੱਕ ਵਜ੍ਹਾ ਸੀ ਅਗਲਿਆਂ ਦੀ ਡੇਰੇਦਾਰੀ ਚੱਲਦੀ ਤਾਂ ਹੈ ਬਹੁਤ ਗੁਰਦੁਆਰੇ ਡੇਰਿਆਂ ਦਾ ਕੰਮ ਕਰਦੇ ਪਏ ਨੇ ਇੱਥੇ ਸੰਗਰਾਮ ਦਾ ਸਪੈਸ਼ਲ ਦੁਆਨ ਲੱਗਦਾ ਤੁਸੀਂ ਵੇਖੋ ਕਈਆਂ ਡੇਰਿਆਂ ਦੀ ਮਹਾਨਤਾ ਹੀ ਇੱਥੇ ਉਹ ਹੈ ਉਥੇ ਸਪੈਸ਼ਲ ਸੰਗਰਾਂਦ ਦਾ ਦੁਵਾਨ ਲੱਗਣਾ ਹੈ ਸਪੈਸ਼ਲ ਪੂਰਨ ਵੈਸੇ ਸਿੱਖ ਰਹਿਤ ਮਦਦ ਇਹ ਗੱਲ ਲਿਖੀ ਹੈ ਵੀ ਇਹਨਾਂ ਦਿਨਾਂ ਤੇ ਕੱਟ ਕਰਕੇ ਕੋਈ ਪ੍ਰਚਾਰ ਕਰੇ ਤੇ ਹਰ ਜੀ ਵੀ ਕੋਈ ਨਹੀਂ ਸੀ ਪਰ ਪ੍ਰਚਾਰ ਕਰਦਾ ਕੌਣ ਹੈ ਉਥੇ ਜੇ ਆਪਾਂ ਇਹ ਵੇਖੀਏ ਵੀ ਕੋਈ ਪੂਰਨਮਾਸੀ ਤੇ ਸੰਗਰਾਂਦ ਤੇ ਮਸਿਆ ਤੇ ਕੋਈ ਦੁਵਾਨ ਸੱਜੀ ਕੋਈ ਉਥੇ ਬੈਠ ਕੇ ਗੁਰਮਤਿ ਵਿਚਾਰ ਕਰੇ ਤੇ ਹਰ ਜੀ ਵੀ ਕੋਈ ਨਹੀਂ ਸੀ ਪਰ ਵਾਸਤ ਵਿੱਚ ਇਹ ਹੁੰਦਾ ਹੈ ਉਥੇ ਗੁਰਬਾਣੀ ਦੀ ਵਿਚਾਰ ਦੀ ਅਹਿਮੀਅਤ ਸਾਡੇ ਦਿਮਾਗ 'ਚ ਘੱਟ ਹੁੰਦੀ ਹੈ ਤੇ ਉਹ ਦਿਨ ਜਿਹੜਾ ਹੁੰਦਾ ਨਾ ਜਿਹੜਾ ਪੂਰਨਮਾਸੀ ਦਾ ਮੱਸਿਆ ਦਾ ਸੰਗਰਾਂ ਦਾ ਜਾਂ ਇਕਾਦਸੀਆਂ ਦਾ ਜਾਂ ਪੰਜਮੀਆਂ ਲੱਗਦੀਆਂ ਨੇ ਇਹਨਾਂ ਦਿਨਾਂ ਦੀ ਮਹਾਨਤਾ ਸਾਡੇ ਦਿਮਾਗ 'ਚ ਵਧੀਆ ਬਿਠਾਈ ਇੱਕ ਗੱਲ ਆਪਣੇ ਦਿਮਾਗ 'ਚ ਕਲੀਅਰ ਕਰ ਲੈਣੀ ਸਾਧ ਸੰਗਤ ਜੀ ਕੋਈ ਦਿਨ ਚੰਗਾ ਨਹੀਂ ਤੇ ਕੋਈ ਦਿਨ ਮਾੜਾ ਨਹੀਂ ਬਾਣੀ ਨਹੀਂ ਬਿਲਕੁਲ ਖਾਸ ਕਰਕੇ ਗੁਰਬਾਣੀ ਤੇ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ ਇਹ ਗੱਲਾਂ ਤਾਂਤਰਕਾਂ ਵੱਲੋਂ ਜੋਤਿਸ਼ੀਆਂ ਵੱਲੋਂ ਪਾਂਧਿਆਂ ਵੱਲੋਂ ਸਿਆਣਿਆਂ ਵੱਲੋਂ ਆ ਜਿਹੜੇ ਅਖੌਤੀ ਸੋ ਕਾਰਡ ਸੰਤ ਬਾਬੇ ਉਹ ਵਹਿਮ ਪਾਉਂਦੇ ਸੀ ਬਾਣੀ ਦੇ ਮੁਤਾਬਕ ਸਫਲ ਮੂਰਤ ਮੂਰਤ ਦੇ ਉੱਥੇ ਤੱਤੇ ਨੂੰ ਊਂਕੜ ਹੈ ਜਿਹਦਾ ਅਰਥ ਹੈ ਸਮਾਂ ਸਫਲ ਹੋ ਸਮਾਂ ਹੈ ਸਫਲਾ ਘੜੀ ਉਹ ਘੜੀ ਸਫਲ ਹੈ ਜਿਤ ਸੱਚੇ ਨਾਲ ਪਿਆਰ ਜਦੋਂ ਸਾਡਾ ਸੱਚ ਨਾਲ ਪਿਆਰ ਬਣਦਾ ਹੈ ਯਾਨੀ ਕਿ ਅਸੀਂ ਚੰਗਾ ਕੰਮ ਕਰਦੇ ਹਾਂ ਬਾਣੀ ਮੁਤਾਬਕ ਉਹ ਘੜੀ ਪਲ ਮੂਰਤ ਸਮਾ ਸਕਿੰਟਮੈਂਟ ਬੜਾ ਹੀ ਚੰਗਾ ਹੈ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਦੂਖ ਸੰਤਾਪ ਉਹਨੂੰ ਦੂਖ ਨਹੀਂ ਲੱਗੇਗਾ ਸੰਤਾਪ ਹੁਣ ਤੁਸੀਂ ਵੇਖੋ ਸਾਡੇ ਸਮਾਜ ਕਿਦਾਂ ਦੇ ਵਹਿਮ ਖੜੇ ਨੇ ਤੁਹਾਡੇ ਲਾਗੇ ਕੋਈ ਇੱਕ ਤੁਸੀਂ ਤੁਰ ਲਗੇ ਇੱਕ ਸ਼ਿਕ ਮਾਰ ਦਿੱਤੀ ਕਿਸੇ ਨੇ ਇਹ ਆਪਸਗਨ ਹੈ ਹਏ ਹੁਣ ਸ਼ਿਕ ਮਾਰਤੀ 2 ਮਿੰਟ ਬਹਿ ਜਾ अच्छा जे दोषका मारतियां फिर चंगा है खोता हींग पिया किद्दा ते वहम साडे दिमाग च को आग ਲੈ ਕੇ ਮਿਲ ਪਿਆ 겨 ਨੁਕਸਾਨ ਮਤਲਬ ਕਈ ਪ੍ਰਕਾਰ ਦੇ ਵਹਿਮ ਕਿੱਦਾਂ ਸਾਡੇ ਸਮਾਜ ਵਿੱਚ ਇਦਾਂ ਦੇ ਵਹਿਮ ਪਾਏ ਗਏ ਨੇ ਕਿੱਦਾਂ ਦਾ ਸਾਡਾ ਸਮਾਜ ਬਾਹਰ ਦੀ ਗੱਲ ਹੈ ਕੈਨੇਡਾ ਦੀ ਸਾਡੇ ਉਥੇ ਮਿੱਤਰ ਉਹ ਬੜੇ ਪਿਆਰ ਨਾਲ ਦੱਸਣ ਗੱਲ ਵੀ ਵੇਖੋ ਕਿੱਡੀਆਂ ਐਸੋ ਹੀ ਨਹੀਂ ਘਟਨਾਵਾਂ ਵਾਪਰਦੀਆਂ ਜਿਵੇਂ ਸਾਡੇ ਆਮ ਨਹੀਂ ਇੱਥੇ ਭਾਰਤ ਦੇਸ਼ ਦੀ ਜੇ ਆਪਾਂ ਗੱਲ ਕਰੀਏ ਤੇ ਗੱਡੀਆਂ ਦੇ ਅੱਗੇ ਤੁਸੀਂ ਵੇਖਿਆ ਪਿੱਛੇ ਬੁਰੀ ਨજર ਵਾਲੇ ਤੇਰਾ ਮੂੰਹ ਕਾਲਾ ਲਿਖਿਆ ਹੁੰਦਾ ਤੇ ਉੱਤੇ ਵੀ ਯਕੀਨ ਨਹੀਂ ਆਉਂਦਾ ਕਈ ਇਹਨੂੰ ਨਿੰਬੂ ਤੇ ਮਿਰਚਾਂ ਇਦਾਂ ਇੱਕ ਨਿੰਬੂ ਥੱਲੇ ਇੱਕ ਨਿੰਬੂ ਉੱਪਰ ਪੰਜ ਮਿਰਚਾਂ ਵਿੱਚੋਂ ਦੀ ਧਾਗਾ ਫਰੋ ਕੇ ਇਦਾਂ ਟੰਗਿਆ ਹੁੰਦਾ ਗੱਡੀਆਂ ਦੇ ਨਾਲ ਤੁਸੀਂ ਵੇਖਿਓ ਟੰਗ ਦੇ ਕਈ ਆਪਣੇ ਦੁਕਾਨਾਂ ਗਾੜੀ ਵੀ ਇਦਾਂ ਟੰਗ ਦਿੰਦੇ ਆ ਤੇ ਉੱਤੇ ਵੀ ਯਕੀਨ ਨਹੀਂ ਆਉਂਦਾ ਕਈਆਂ ਨੇ ਜੁੱਤੀ ਉਹਦੇ ਵਿੱਚ ਮੋਰੀ ਕਰਕੇ ਥੱਲੇ ਟੰਗੀ ਹੁੰਦੀ ਓ ਜੁੱਤੀ ਅੱਗੇ ਲਮਕਦੀ ਆਉਂਦੀ ਹੁਣ ਵਦੇਸ਼ਾਂ ਵਿੱਚ ਤੇ ਵਹਿਮ ਹੈ ਨਹੀਂ ਸੀ ਪਰ ਸਾਡੇ ਪੰਜਾਬੀ ਹੌਲੀ-ਹੌਲੀ ਜਿੱਥੇ ਜਾਣਗੇ ਇਹ ਗੱਲਾਂ ਨਾਲ ਲੈ ਕੇ ਜਾਣਗੇ ਉਹ ਕਹਿੰਦੇ ਵੀ ਉਸ ਵੀਰ ਨੇ ਜੁੱਤੀ ਜਿਹੜੀ ਹੈ ਉਹ ਮੋਰੀ ਕਰਕੇ ਤੇ ਆਪਣੀ ਕਾਰ ਦੇ ਥੱਲੇ ਟੰਗ ਲਈ ਉਹ ਵੀਰ ਦੱਸਣ ਉਥੇ ਇੱਕ ਕੈਨੇਡਾ ਦੀ ਗੱਲ ਹੈ ਉਹ ਕਹਿੰਦੇ ਉਹ ਕਾਰ ਦਾ ਐਕਸੀਡੈਂਟ ਹੋਇਆ ਕਿਤੇ ਤੇ ਹੁਣ ਉਹਨੇ ਕਲੇਮ ਲੈਣਾ ਸੀ ਉਹਨਾਂ ਨੇ ਕਲੇਮ ਲੈਣਾ ਸੀ ਪਰ ਉੱਥੇ ਬੰਦੇ ਇਦਾਂ ਦੇ ਨਹੀਂ ਉਹ ਤਹਿਕੀਕਾਤ ਪੂਰੀ ਬਰੀਕੀਏ ਥੋੜਾ ਬਥੇ ਪੈਸੇ ਦੇ ਕੇ ਤੁਸੀਂ ਵੀ ਆਪਣੇ ਵੱਧ ਆਪਣੇ ਹੱਕ 'ਚ ਵੱਧ ਕਲੇਮ ਲੈ ਲੋਗੇ ਉਹਨਾਂ ਪੂਰੀ ਬਰੀਕੀ ਨਾਲ ਸ਼ਾਨ ਬੀਣ ਕਰਨੀ ਹੈ ਤਹਿਕੀਕਾਤ ਕਰਮ ਕਿਦਾਂ ਐਕਸੀਡੈਂਟ ਹੋਇਆ ਉਹ ਹੱਸ ਕੇ ਦੱਸਣ ਕਹਿੰਦੇ ਜਦੋਂ ਉੱਥੇ ਜੁੱਤੀ ਨਿਕਲੀ ਉਹ ਕਹਿੰਦੇ ਤੂੰ ਤੇ ਬੰਦਾ ਮਾਰ ਕੇ ਕਿਤੇ ਆਇਆ ਇਹਦੇ ਵਿੱਚ ਤਾਂ ਜੁੱਤੀ ਨਿਕਲੀ ਹੈ ਹੁਣ ਉਹ ਕਿਦਾਂ ਦੱਸੇ ਉਹਨਾਂ ਨੂੰ ਉਹਨਾਂ ਗੋਰਿਆਂ ਨੂੰ ਕਿਦਾਂ ਸਮਝਾਵੇ ਵੀ ਸਾਡੇ ਦੇਸ਼ ਵਿੱਚ ਤਾਂ ਜੁੱਤੀ ਨਜ਼ਰ ਤੋਂ ਬਚਾਉਂਦੀਆਂ ਸਨ ਉਹ ਕਹਿੰਦੇ ਵੀ ਉਹਨੂੰ ਮਤਲਬ ਕਾਰ ਦੇ ਪੈਸੇ ਤਾਂ ਕੀ ਮਿਲਣੇ ਸੀ ਉਲਟਾ ਹਰਜਾਨਾ ਹੋਇਆ ਉਲਟਾ ਜੁਰਮਾਨਾ ਹੋਇਆ ਮਤਲਬ ਅਸੀਂ ਟਲਦੇ ਥੋੜਾ ਮਾਫ ਕਰਨਾ ਅਸੀਂ ਵਹਿਮਤਾ ਨਾਲ ਅ ਪਿਛੇ ਜੇ ਤੁਸੀਂ ਵੇਖਿਆ ਕਿ ਗਊ ਮੂਤਰ ਬਾਹਰ ਲੈਂਦਾ ਲੈ ਕੇ ਜਾਂਦਾ ਬੀਬੀ ਫੜੀ ਗਈ ਸੀ 에ਰਪੋਰਟ ਤੇ ਅਗਲੇ ਜਿਹੜੇ ਅਗਲੇ ਫਰੂਟ ਵੀ ਤੁਸੀਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਲੈ ਕੇ ਜਾਣਾ ਉਸੇ ਬਕਾਇਦਾ ਤੁਹਾਨੂੰ ਅਗਲੇ ਪਲੇਨ ਦੇ ਵਿੱਚ ਇੱਕ ਫਾਰਮ ਦਿੰਦੇ ਆ ਵੀ ਤੁਸੀਂ ਕੋਈ ਫੂਡ ਲੈ ਕੇ ਆ ਰਹੇ ਜੇ ਕੋਈ ਮੈਡੀਸਨ ਤੁਹਾਡੇ ਕੋਲ ਆ ਤੁਸੀਂ ਕਿਸੇ ਜੰਗਲ ਚੋਂਤ ਨਹੀਂ ਆਏ ਤੁਸੀਂ ਕਿੱਥੋਂ ਆਏ ਜੇ ਟਲਦੇ ਕਿੱਥੇ ਸਾਡੇ ਮਫ਼ ਕਰਨਾ ਸੀ ਵਹਿਮ ਤੇ ਨਾਲ ਚੱਕੀ ਫਿਰਦੇ ਇੱਥੇ ਗੱਡੀਆਂ ਦੀਆਂ ਬਾਡੀਆਂ ਮਗਰੋਂ ਬਣਦੀਆਂ ਬੁਰੀ ਨਜ਼ਰ ਵਾਲੇ ਤਰ੍ਹਾਂ ਮੂੰਹ ਕਾਲਾ ਲਿਖਿਆ ਹੁੰਦਾ ਕਾਰਾਂ ਤੇ ਗਾੜੀ ਕਿੰਨਾ ਕੁ ਤੁਸੀਂ ਵੀ ਕਿਦਾਂ ਦੱਸ ਮਤਲਬ ਅਸੀਂ ਕਿੰਨਾ ਕੁਝ ਆਪਣੇ ਦਿਮਾਗ 'ਚ ਕੂੜ-ਕਬਾੜ ਭਰੀ ਫਿਰਦੇ ਕਿੰਨਾ ਕੁ ਪੜੇ ਲਿਖੇ ਬੰਦੇ ਵੀ ਆ ਧਾਗੇ-ਮੁੰਦਰੀਆਂ ਤੁਸੀਂ ਵੀ ਕਿਦਾਂ ਲੋਕਟ ਪਾਏ ਹੁੰਦੇ ਨੇ ਜਿੰਨੇ ਵਹਿਮੀ ਬੰਦੇ ਉਹਨੀਆਂ ਮੁੰਦਰੀਆਂ ਉਹਨਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਸਾਡੇ ਸਮਾਜ ਵਿੱਚ ਇਹ ਗੱਲਾਂ ਪਾ ਦਤੀਆਂ ਨੇ ਤੋ ਖੈਰ ਇਹ ਵਜ੍ਹਾ ਹੈ ਕਿਉਂਕਿ ਅਸੀਂ ਮਾਨਸਿਕ ਤੌਰ ਤੇ ਹੁਣ ਤੁਸੀਂ ਕਹੋਗੇ ਵੀ ਇਹ ਵਹਿਮ ਪੜੇ ਲਿਖੇ ਨਹੀਂ ਕਰਦੇ ਪੜੇ ਲਿਖੇ ਕੋਈ ਨਹੀਂ ਕਰ ਕਈ ਵਾਰੀ ਪੜਿਆ ਲਿਖਿਆ ਬੰਦਾ ਆਪਣੀ ਸਾਰੀ ਪੜ੍ਹਾਈ ਦੀ ਤਾਕਤ ਆਪਣੇ ਵਹਿਮ ਨੂੰ ਪੱਕਿਆਂ ਕਰਨ ਤੇ ਲਾ ਦਿੰਦਾ ਪੱਕਿਆਂ ਕਰਦੇ ਲਾਂਦਾ ਤੂੰ ਇੱਕ ਜਿਹੜਾ ਵਹਿਮ ਹੈ ਇਹਦੇ ਨਾਲ ਕਿਤੇ ਨਾ ਕਿੱਡੇ ਸਾਡੀ ਮਾਨਸਿਕਤਾ ਜੁੜੀ ਹੋਈ ਹੈ ਅਸੀਂ ਉਸ ਵਹਿਮ ਦੇ ਸ਼ਿਕਾਰ ਆ ਕਿਉਂਕਿ ਅਸੀਂ ਆਪ ਗੁਰਬਾਣੀ ਗੁਰਬਾਣੀ ਸਜਗ ਮੈਂ ਚਾਨਣ ਗੁਰਬਾਣੀ ਸਾਨੂੰ ਚਾਨਣ ਬਖਸ਼ਦੀ ਹੈ ਸੋਝੀ ਬਖਸ਼ਿਸ਼ ਕਰਦੀ ਹੈ ਸਾਡੇ ਅੰਦਰ ਉਹ ਡਰ ਬਾਹਰ ਕੱਢਦੀ ਹੈ ਜਿਹੜੇ ਡਰ ਸਾਡੇ ਅੰਦਰ ਕਿਤੇ ਨਾ ਕਿਤੇ ਬੈਠੇ ਹੋਏ ਨੇ ਤੂੰ ਇਹ ਜਿਹੜੇ ਦਿਨ ਨੇ ਇਹ ਜਿਹੜੇ ਮਹੀਨੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਇਹ ਗੱਲ ਕਲੀਅਰ ਆਪਣੇ ਦਿਮਾਗ 'ਚ ਬਿਠਾ ਲੈਣਾ ਸਾਡਾ ਸੰਗਰਾਦ ਨਾਲ ਸੂਰਜ ਨਾਲ ਸੂਰਜੀ ਰਾਸ਼ੀ ਨਾਲ ਕੋਈ ਮਤਲਬ ਨਹੀਂ ਤੁਸੀਂ ਵੇਖੋ ਕਈ ਰਾਸ਼ੀਆਂ ਦੇ ਫਲ ਪੁੱਛਦੇ ਫਿਰਨ ਗਿਆ ਟੀਵੀ ਤੇ ਕਥਾ ਵਿਚਾਰ ਆਉਂਦੀ ਹੈ ਕੋਈ ਚੰਗਾ ਪ੍ਰੋਗਰਾਮ ਦਾ ਉਹ ਨਹੀਂ ਸੁਣਨਾ ਜਦੋਂ ਪੰਡਤ ਜੀ ਰਾਸ਼ੀਆਂ ਦੇ ਫਲ ਦੱਸਦੇ ਹਨ ਇਦਾਂ ਆ ਭੇ ਕੁੰਭ ਰਾਸ਼ੀ ਵਾਲਾ ਇਦਾਂ ਕਰੇ ਮੇਘ ਰਾਸ਼ੀ ਵਾਲਾ ਇਦਾਂ ਕਰੇ ਇਦਾਂ ਉਦੋਂ ਧਿਆਨ ਨਾਲ ਸੁਣਦੇ ਹੋ ਕਿ ਹਰ ਬੰਦੇ ਨੂੰ ਹੁੰਦਾ ਵੀ ਆਹ ਮੇਰਾ ਨਾਮ ਹੈ ਆਹ ਰਾਸ਼ੀ ਮੇਰੀ ਹੈ ਉਹ ਫਿਰ ਇਦਾਂ ਵਹਿਮ ਪਾਉਂਦੇ ਨੇ ਵੀ ਆਜ ਸੁਫਰਤ ਤੇ ਨਾ ਜਾਈ ਆਪਣੇ ਮਿੱਤਰਾਂ ਤੋਂ ਦੂਰੀ ਬਣਾ ਕੇ ਰੱਖੀ ਏਦਾਂ ਦੀਆਂ ਕਹਾਣੀਆਂ ਪੜਾ ਕੇ ਐਸ ਕਲਰ ਦੇ ਕੱਪੜੇ ਨਾ ਪਾਈ ਮਾਲੋ ਉਦਨ ਵਿਆਹ ਜਾਣਾ ਹੋਵੇ ਉਸੇ ਕਲਰ ਦੇ ਉਹਨੇ ਕੱਪੜੇ ਸਵਾਏ ਹੋਣ ਨਹੀਂ ਪਾਉਂਦੇ ਡਰਦੇ ਨੇ ਕਈ ਵਹਿਮ ਨੇ ਨੁਕਸਾਨ ਹੋ ਜੂ ਮੇਰਾ ਬੜਾ ਵੱਡਾ ਅਜੇ ਬੰਦਾ ਕਹਦਾ ਮੈਂ ਤੇ ਆਜ਼ਾਦ ਆ ਕਾਹਦਾ ਆਜ਼ਾਦ ਆ ਵੀ ਕੱਪੜੇ ਵੀ ਕਿਸੇ ਨੂੰ ਪੁੱਛ ਕੇ ਪਾ ਰਹੇ ਹਾਂ ਤੂੰ ਮਾਫ ਕਰਨਾ ਜਿਹੜੇ ਆਜ਼ਾਦੀ ਦੀਆਂ ਗੱਲਾਂ ਕਰਦੇ ਸਾਧਨ ਲੈ ਕੇ ਆਉਂਦੇ ਨੇ ਤੋ ਜਿੰਨੀ ਦੇਰ ਤੱਕ ਆਪਣੇ ਪੁਰਖਿਆਂ ਨੂੰ ਆਪਣੇ ਬਾਬਿਆਂ ਨੂੰ ਆਪਣੇ ਸੋ ਕੜ ਸੰਤਾਂ ਨੂੰ ਦੇ ਉੱਤੇ ਨਾ ਬਿਠਾ ਲੈਂਦੇ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ ਵੀ ਇਹ ਗੱਡੀ ਤੋਂ ਪਵਿੱਤਰ ਨਹੀਂ ਹੋਣੀ ਉਹਨਾਂ ਦੇ ਮੁਤਾਬਕ ਇਹ ਹੈ ਵੀ ਬਾਬਾ ਜੀ ਨੇ ਗੱਡੀ ਤੇ ਚੜਨਾ ਤੇ ਗੱਡੀ ਤੇ ਐਵਰੇਜ ਵਧੀਆ ਹੋਣੀ ਹੈ ਬਾਬਾ ਜੀ ਨੇ ਇਹਦੀ ਅਰਦਾਸ ਕਰਨੀ ਆ ਤੇ ਵਧੀਆ ਵਧੀਆ ਗੱਡੀ ਵਧੀਆ ਹੋਣੀ ਤੋ ਇਦਾਂ ਦੇ ਵਹਿਮ ਸਾਡੇ ਸਮਾਜ ਵਿੱਚ ਲੈਂਟਰ ਪਾਉਣ ਲੱਗਿਆ ਵਹਿਮ بارش ਨਾ ਹੋਵੇ ਤਾਂ ਵਹਿਮ بارش ਜਿਆਦੀ ਹੋਵੇ ਤਾਂ ਪੂਜਾ بارش ਨਾ ਹੋਵੇ ਤਾਂ ਪੂਜਾ ਘਰ ਦੀ ਰੰਭਤਾ ਕਰਨੀ ਨੀ ਪੱਥਰ ਰੱਖਣਾ ਤੁਸੀਂ ਵੇਖਿਆ ਨਾਲ ਇੱਟ ਵੀ ਰੱਖਣਗੇ ਨਾਲ ਅਰਦਾਸ ਵੀ ਗਰੰਤੀ ਸਿੰਘ ਨੂੰ ਕਰਾਉਣਗੇ ਲਾਗੇ ਤੇਲ ਵੀ ਚੋਣਗੇ ਲਾਗੇ ਲੱਡੂ ਵੀ ਰੱਖਣਗੇ ਉਹ ਨੀ ਨੂੰ ਕੀ ਪਤਾ ਹੈ ਇਹ ਲੱਡੂ ਉਹਨੇ ਲੱਡੂ ਖਾਣੇ ਨੇ ਉਹਨੂੰ ਤੇਲ ਲਾ ਕੇ ਮਤਲਬ ਹੈ ਉਹਨੂੰ ਤਾਂ ਸੀਮੈਂਟ ਚਾਹੀਦਾ ਹੈ ਬਜਰੀ ਚਾਹੀਦੀ ਜਿੰਨਾ ਸੀਮੈਂਟ ਬੱਜਰ ਜਿੰਨਾ ਤੁਸੀਂ ਸਰੀਆ ਨੀਹਾਂ ਚ ਵੱਧ ਪਾ ਦੋਗੇ ਭਾਵੇਂ 50 ਮੰਜਲੀ ਬਿਲਡਿੰਗ ਖੜੀ ਕਰ ਲੋ ਉੱਤੇ ਹੁਣ ਪਾਈ ਜੋ ਪਾਈ ਜੋ ਤੇਲ ਜੜਾਂ ਚ ਮਤਲਬ ਨੀਹਾਂ ਚ ਤੇਲ ਪਾਈ ਜਾਓ ਲੱਡੂ ਤੁਸੀਂ ਉਥੇ ਨੀਹ ਨੀਚ ਰੱਖ ਦੋ ਪਰ ਜੇ ਤੁਸੀਂ ਸਰੀਆ سیمنٹ ਹੀ ਨਹੀਂ ਪਾਓਗੇ ਬਜਰੀ ਨਹੀਂ ਪਾਓਗੇ ਤੇ ਕੀ ਹੋਏਗਾ ਭਲਾ ਤੋ ਇਦਾਂ ਦੇ ਬੜੇ ਵੱਡੇ ਵਹਿਮ ਸਾਡੇ ਸਮਾਜ ਵਿੱਚ ਪਏ ਹੋਏ ਨੇ ਤੋ ਕਲੀਅਰ ਸਮਝ ਲੈਣਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਇਹਦਾ ਉਪਦੇਸ਼ ਸਾਨੂੰ ਕਾਵ ਰੂਪ ਚ ਬਖਸ਼ਿਸ਼ ਕੀਤਾ ਹੈ ਕਿੰਨੇ ਸੋਹਣੇ ਤਰੀਕੇ ਨਾਲ ਵਿਚਾਰਿਆ ਕਿੰਨਾ ਸੋਹਣਾ ਗਿਆਨ ਸਾਨੂੰ ਬਖਸ਼ਿਸ਼ ਕੀਤਾ ਗੁਰਦੇਵ ਜੀ ਨੇ ਤੋ ਇਹ ਗੱਲ ਕਲੀਅਰ ਰੱਖਣਾ ਵੀ ਇਹ ਗੁਰੂ ਸਾਹਿਬ ਤੋਂ ਪਹਿਲਾਂ ਵੀ ਸੀ ਆ ਸਿੱਠਣੀਆਂ ਗਿੱਦੇ ਜਿਹੜੇ ਪੜੇ ਜਾਂਦੇ ਸੀ ਆਮ ਗਾਏ ਜਾਂਦੇ ਸੀ ਭੰਗੜੇ ਜਿਹੜੀਆਂ ਬੋਲੀਆਂ ਪਾਈਆਂ ਜਾਂਦੀਆਂ ਸੀ ਸਿੱਠਣੀਆਂ ਦੇਣੀਆਂ ਇਹ ਸਭ ਕੁਝ ਪਹਿਲਾਂ ਵੀ ਸੀ ਪਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਇਸੇ ਕਾਵ ਰੂਪ ਤੇ ਬਾਣੀ ਉਚਾਰਨ ਕਰਕੇ ਇਹਨਾਂ ਸੋਹਣਾ ਉਪਦੇਸ਼ ਬਖਸ਼ਿਸ਼ ਕੀਤਾ ਵੀ ਇਹ ਕੱਲਾ ਤੁਹਾਡਾ ਬਾਹਰ ਦਾ ਮਨੋਰੰਜਨ ਹੀ ਰਹੇ ਇਹਦੇ ਨਾਲ ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਉੱਚੀਆਂ ਚੁੱਕਣ ਵਾਸਤੇ ਇਹ ਤੇ ਗਿਆਨ ਦਿੱਤਾ ਸਾਨੂੰ ਸਤਿਗੁਰੂ ਜੀ ਨੇ ਉਚਾਰਨ ਕਰਕੇ ਬਖਸ਼ਿਸ਼ ਕੀਤਾ ਗਿਆ ਤਾਂ ਜਿਹੜੇ ਤੁਹਾਨੂੰ ਇਹ ਸਵਾਲ ਕਰਦੇ ਆ ਨਾ ਗੁਰਦੁਆਰਿਆਂ ਚ ਬੈਠੇ ਵੇਖੋ ਜੀ ਇਹਦੇ ਬਹਾਨੇ ਆਪਾਂ ਗੁਰਦੁਆਰੇ ਹੋਾਈਦਾ ਇਹਦੇ ਬਹਾਨੇ ਬਾਣੀ ਪੜ ਲੈਂਦੀ ਹੈ ਸਾਨੂੰ ਬਹਾਨਾ ਨਹੀਂ ਚਾਹੀਦਾ ਬਾਣੀ ਪੜਨ ਲਈ ਜਿਹੜੇ ਕਹਿੰਦੇ ਇਹਦਾ ਨੁਕਸਾਨ ਕੀ ਹੈ ਨੁਕਸਾਨ ਇਹ ਹੈ ਕਿ ਤੁਸੀਂ ਇੱਕ ਦਿਨ ਨੂੰ ਪਵਿੱਤਰ ਮੰਨ ਲਿਆ ਬਾਕੀ 29 ਦਿਨ ਤੁਸੀਂ ਮਾੜੇ ਮੰਨਦੇ ਜੀ ਐਦਾਂ ਕਹਿੰਦੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਨਹੀਂ ਦਿਨ ਸਾਰੇ ਚੰਗੇ ਨੇ ਸਾਡੇ ਵਾਸਤੇ ਆਪਣੇ ਦਿਮਾਗ ਚ ਇਦਾਂ ਦੀਆਂ ਗੱਲਾਂ ਬਿਲਕੁਲ ਨਾ ਰੱਖੋ ਇਹਨਾਂ ਵੈਸੇ ਤਾਂ ਕਾਫੀ ਹੱਦ ਤੱਕ ਫਰਕ ਪੈ ਗਿਆ ਜਿਹੜੇ ਬਾਣੀ ਪੜਦੇ ਨੇ ਸਮਝਦੇ ਨੇ ਵਿਚਾਰਦੇ ਨੇ ਉਹ ਇਹਨਾਂ ਵਹਿਮਾਂ ਤੋਂ ਮੁਕਤ ਨੇ ਪਰ ਜਿੰਨਾ ਅਜੇ ਤੱਕ ਪੜ ਕੇ ਨਹੀਂ ਵੇਖਿਆ ਜਿਹੜੇ ਇਹਨਾਂ ਵਹਿਮਾਂ ਤੋਂ ਜੇ ਮੁਕਤ ਨੇ ਜਿਹੜੇ ਇਹਨਾਂ ਵਹਿਮਾਂ ਤੋਂ ਮੁਕਤ ਹੋ ਚੁੱਕੇ ਨੇ ਉਹ ਉਹਨਾਂ ਵਾਸਤੇ ਤੇ ਬਿਲਕੁਲ ਸੌਖਾ ਜੀਵਨ ਹੋ ਗਿਆ ਉਹ ਤੇ ਇਦਾਂ ਫਰੈਸ਼ ਹੋ ਗਿਆ ਜਿਵੇਂ ਬੰਦਾ ਸਾਰੇ ਦਿਨ ਦਾ ਥੱਕਿਆ ਇਸ਼ਨਾਨ ਕਰ ਲਵੇ ਤਰੋ ਤਾਜ਼ਾ ਹੋ ਜਾਂਦਾ ਉਹ ਕਹਿੰਦਾ ਪਾਈ ਹੁਣ ਕੋਈ ਵਹਿਮ ਨਹੀਂ ਰਿਹਾ ਮੇਰੇ ਕੋਈ ਮਨ ਦੇ ਵਿੱਚ ਭਟਕਣਾ ਨਹੀਂ ਰਹੀ ਬੜੇ ਪ੍ਰਕਾਰ ਦੇ ਵਹਿਮ ਨੇ ਤੁਸੀਂ ਤੁਰੇ ਜਾਂਦੇ ਹੋ ਅੱਗੇ ਬਿੱਲੀ ਆ ਤੁਹਾਡੇ ਅੱਗੇ ਉਹਦੀ ਬਿੱਲੀ ਰਸਤਾ ਕੱਟ ਗਈ ਇਹੋ ਜਿਹੇ ਵੀ ਬੰਦੇ ਹੈਗੇ ਅੱਜ ਦੇ ਸਮੇਂ 'ਚ ਬਿੱਲੀ ਵੇਖ ਕੇ ਮੋੜ ਆਉਂਦੇ ਨੇ ਉਹ ਇੱਕ ਕਹਾਣੀਆਂ ਜੁੜੀਆਂ ਹੋਈਆਂ ਸੀ ਜਦੋਂ ਦੁੱਧ ਖੁੱਲੇ ਹੁੰਨੇ ਘਰਾਂ 'ਚ ਮੱਝਾਂ ਗਾਵਾਂ ਵਾਧੂ ਹੁੰਨੀਆਂ ਤੇ ਆਮ ਹੀ ਘਰਾਂ 'ਚ ਬਿੱਲੀਆਂ ਹੁੰਦੀਆਂ ਸੀ ਬਿੱਲੀ ਵੇਖ ਕੇ ਤਾਂ ਬੀਬੀ ਨੂੰ ਚੇਤਾ ਆ ਜਾਂਦਾ ਸੀ ਕਿਤੇ ਦੁੱਧ ਨਾ ਨੰਗਾ ਪਿਆ ਹੋਵੇ ਹੁਣ ਬੰਦਾ ਆਪਣੇ ਘਰ ਤੋਂ 50 ਕਿਲੋਮੀਟਰ ਦੂਰ ਜਾ ਕੇ ਵੀ ਬਿੱਲੀ ਵੇਖ ਕੇ ਮੋੜ ਆਉਂਦਾ ਇਹੋ ਜਿਹੇ ਵੀ ਬੰਦੇ ਹੈਗੇ ਕਿ ਕਿਤੇ ਬਿੱਲੀ ਲੰਘੀ ਮੇਰਾ ਨੁਕਸਾਨ ਨਾ ਹੋ ਜਾਏ ਬੜਾ ਵੱਡਾ ਕਿਤ ਇੱਕ ਕਿਦਾਂ ਦੇ ਵਹਿਮ ਸਾਡੇ ਦਿਮਾਗ ਵਿੱਚ ਖੜੇ ਹੋਏ ਨੇ ਉਹਦੀ ਉਹਦੀ ਵਜ੍ਹਾ ਇੱਕੋ ਹੀ ਹੈ ਕਿਸੀਂ ਆਪ ਗੁਰਬਾਣੀ ਦੀ ਵਿਚਾਰ ਵਾਲੇ ਬਣੇ ਨਹੀਂ ਤੁਰੇ ਨਾ ਸੀ ਚੰਗਾ ਪੜਨਾ ਲਿਖਣਾ ਘਰਾਂ 'ਚ ਲਾਇਬ੍ਰੇਰੀ ਘਰਾਂ 'ਚ ਕੋਈ ਚੰਗੀ ਕਿਤਾਬ ਰੱਖਣ ਦਾ ਤੇ ਸ਼ੌਂਕ ਹੀ ਨਹੀਂ ਪੂਰਨ ਮਾਸ਼ੀ ਦਾ ਫੜ ਲੈ ਆਉਣਗੇ ਸੰਕਟ ਮੋਚਨ ਲੈ ਆਉਣਗੇ ਬਾਣੀ ਦੇ ਗੁੱਜੇ ਗੁਰਬਾਣੀ ਪੜਦੇ ਤੇ ਫੜ ਲੈਣ ਵਾਸਤੇ ਪੜਦੇ ਅਗਲੇ ਡੇਰੇਦਾਰਾਂ ਆੜੇ ਦੁੱਖ ਭੰਜੀ ਦੇ ਨਾਲ ਤੇ ਅਗਲੇ ਗੁਟਕੇ ਤਿਆਰ ਕਰਤੇ ਉਹ ਉਹਨਾਂ ਦਾ ਮਤਲਬ ਇਹ ਸੀ ਵੀ ਤੁਸੀਂ ਆ ਬਾਣੀ ਪੜੋ ਆ ਫਲ ਮਿਲਣਾ ਆ ਬਾਣੀ ਪੜੋ ਤੇ ਆ ਫਲ ਮਿਲਣਾ ਬਾਣੀ ਫਲਾਂ ਵਾਸਤੇ ਨਹੀਂ ਸੀ ਬਾਣੀ ਸਾਡੀ ਸੁਰਤ ਨੂੰ ਉੱਚੀਆਂ ਚੁੱਕਣ ਵਾਸਤੇ ਸੀ ਸਾਡਾ ਜੀਵਨ ਵਧੀਆ ਬਣਾਉਣ ਵਾਸਤੇ ਸੀ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਸਤਿਗੁਰ ਦੀ ਬਾਣੀ ਪੜ੍ਹਨੀ ਤੂੰ ਇਸ ਗੱਲ ਦਾ ਹਮੇਸ਼ਾ ਆਪਣੀ ਜ਼ਿੰਦਗੀ 'ਚ ਖਿਆਲ ਰੱਖਣਾ ਵੀ ਜਿਨ੍ਹਾਂ ਵਹਿਮਾਂ 'ਚੋਂ ਸਾਨੂੰ ਸਤਿਗੁਰ ਨੇ ਬਾਹਰ ਕੱਢਿਆ ਅਸੀਂ ਉਹਨਾਂ ਵਹਿਮਾਂ 'ਚ ਕਿਤੇ ਨਾ ਹੋਵੇ ਫਿਰ ਫਸ ਜਾਈਏ ਫਸੇ ਪਏ ਆ ਉਹਨਾਂ ਚੋਂ ਬਾਹਰ ਨਿਕਲਦਾ ਇੱਕੋ ਹੀ ਇੱਕ ਤਰੀਕਾ ਹੈ ਸਾਨੂੰ ਖਾਸ ਕਰਕੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਹ ਜਿਹੜੇ ਬੋਰਡ ਪੱਕੇ ਲੱਗੇ ਹੋਏ ਆ ਨਾ ਸੰਗਰਾਂਦਾਂ ਵਾਲੇ ਇਹਨਾਂ ਨੂੰ ਉਤਾਰ ਕੇ ਇੱਥੇ ਕੋਈ ਗੁਰ ਇਤਿਹਾਸਿਕ ਦਿਨ ਲਾਓ ਉਥੇ ਉਦਾਂ ਠੀਕ ਹੈ ਦੀਵਾਨ ਰੱਖ ਲਓ ਤੁਸੀਂ ਪਰ ਇਹ ਜਿਹੜਾ ਸ਼ਬਦ ਬੋਲਦਾ ਹੈ ਨਾ ਕੋਈ ਵੀ ਪਵਿੱਤਰ ਦਿਹਾੜਾ ਉਥੇ ਇਹ ਕਹੋ ਵੀ ਠੀਕ ਹੈ ਸਵੇਰੇ ਮਹੀਨੇ ਦੀ ਰੰਭਤਾਉਣੀ ਉਹਦੇ ਸਮਾਂ ਚ ਦੀਵਾਨ ਸਜਾਇਆ ਜਾਣਾ ਉਹ ਇੱਕ ਗੱਲ ਅਰਾਗ ਹੈ ਪਰ ਅਸੀਂ ਜਿਹਨੂੰ ਸਪੈਸ਼ਲ ਬੋਲਦੇ ਹਾਂ ਵੀ ਸਵੇਰੇ ਸੰਗਰਾਂਦ ਹੈ ਤਾਂ ਇਹਦਾ ਅਰ ਅਸੀਂ ਸੂਰਜ ਦਾ ਦਿਨ ਮਨਾ ਰਹੇ ਹਾਂ ਜਿਹਦੇ ਨਾਲ ਸਾਡਾ ਸਬੰਧ ਕੋਈ ਨਹੀਂ ਅਸੀਂ ਸੂਰਜ ਦੇ ਉਪਾਸ਼ਕ ਨਹੀਂ ਆ ਅਸੀਂ ਚੰਦਰਮਾ ਦੇ ਉਪਾਸ਼ਕ ਨਹੀਂ ਆ ਪਰ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਣਾ ਦਿੱਤਾ ਗਿਆ ਹੈ ਤੋਂ ਸਾਧ ਸੰਗਤ ਜੀ ਸਾਡੇ ਵਾਸਤੇ ਸੋਈ ਦਿਨ ਸੁ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰਤ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਬਾਰੇ ਦੀ ਬਾਣੀ ਕਹਿੰਦੀ ਦੂਖ ਸੰਤਾਪ ਨਾ ਲੱਗਈ ਜਸਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੂੰ ਮਿਲਿਆ ਜਨਪੂਰਾ ਗੁਰੂ ਲੱਭਾ ਤੋ ਆਪ ਆਪਣੀ ਜ਼ਿੰਦਗੀ ਵਿੱਚ ਪੂਰੇ ਗੁਰੂ ਭਾਵ ਉਹ ਗਿਆਨ ਗੁਰੂ ਉਪਦੇਸ਼ ਗੁਰੂ ਨੂੰ ਆਪਣੇ ਜੀਵਨ ਦੇ ਵਿੱਚ ਵਸਾਈਏ ਆਪਣੀ ਜ਼ਿੰਦਗੀ ਨੂੰ ਖੂਬ ਸੂਰਤ ਤੇ ਵਧੀਆ ਬਣਾਈਏ ਤੇ ਇਦਾਂ ਦੇ ਪਾਏ ਹੋਏ ਜਿਹੜੇ ਪਰਮ ਨੇ ਇਹਨਾਂ ਚੋਂ ਆਪਣੇ ਆਪ ਨੂੰ ਬਾਰ ਕੱਢਣ ਦੀ ਕੋਸ਼ਿਸ਼ ਕਰੀਏ ਸਾਰਿਆਂ ਦਾ ਧੰਨਵਾਦ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨ ਆਪਾਂ 12ਵਾਂ ਜਿਹੜਾ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਇੱਕ 12ਵਾਂ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੋ 1107 ਨੰਬਰ ਅੰਕ ਤੇ ਹੈ ਇਹ 12ਵਾਂ ਬਾਣੀ ਜਿਹੜੀ ਗੁਰੂ ਅਰਜਨ ਸਾਹਿਬ ਦੀ ਹੈ 133 ਨੰਬਰ ਅੰਕ ਤੋਂ ਆਰੰਭ ਹੁੰਦੀ ਹੈ ਜਿਹੜੀ ਅੱਜ ਆਪਾਂ ਬਾਣੀ ਦੇ ਆਰੰਭ ਵਿੱਚ ਜੋ ਸੰਗਰਾਦ ਬਾਰੇ ਜੋ ਇਹ ਸਾਡੇ ਸਮਾਜ ਵਿੱਚ ਭਲੇਖੇ ਪਾਏ ਹੋਏ ਨੇ ਉਹਦੇ ਬਾਰੇ ਸੰਖੇਪ ਸ਼ਬਦਾਂ ਚ ਵਿਚਾਰ ਆਪਾਂ ਰਲ ਕੇ ਸਾਂਝੀ ਕੀਤੀ ਨੇ ਕੱਲ ਤੋਂ ਆਪਾਂ 12ਵਾਂ ਬਾਣੀ ਦੀ ਆਰੰਭਤਾ ਜਿਹੜੀ ਹੈ ਉਹ ਰਲ ਮਿਲ ਕੇ ਕਰਾਂਗੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਅਸੀਂ ਗੁਰੂ ਦੀ ਗੋਦ ਵਿੱਚ ਬੈਠਣ ਦਾ ਆਨੰਦ ਪ੍ਰਾਪਤ ਕਰੀਏ ਕਿਉਂਕਿ ਗੁਰ ਮੇਰੇ ਸੰਗ ਹੈ ਗਿਰੋ ਗੁਰੂ ਦੀ ਗੋਦ ਸ਼ਬਦ ਅਸੀਂ ਬੋਲਦੇ ਆ ਨਾ ਤਾਂ ਗੁਰੂ ਦੀ ਗੋਦ ਦਾ ਅਰਥ ਹੀ ਇਹ ਹੈ ਅਸੀਂ ਹਮੇਸ਼ਾ ਹੀ ਗੁਰੂ ਦੀ ਗੋਦ ਵਿੱਚ ਹੈ ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਹੈ ਪਾਵ ਅਸੀਂ ਹਮੇਸ਼ਾ ਗੁਰੂ ਨੂੰ ਆਪਣੇ ਜੀਵਨ ਚ ਲੈ ਕੇ ਆਈਏ ਗੁਰੂ ਦਾ ਉਪਦੇਸ਼ ਸੋਹਣਾ ਜੀਵਨ ਦੇ ਵਿੱਚ ਵਸਾਈਏ ਤੇ ਇਦਾਂ ਦੇ ਜਿਹੜੇ ਵਹਿਮ ਸਾਡੇ ਸਮਾਜ ਵਿੱਚ ਫੈਲੇ ਹੋਏ ਨੇ ਉਹਨਾਂ ਨੂੰ ਹੋਰ ਕਿਸੇ ਨੇ ਬਾਹਰ ਨਹੀਂ ਕਢਣਾ ਸਾਨੂੰ ਆਪ ਰਲ ਮਿਲ ਕੇ ਆਪਣੇ ਪਰਿਵਾਰਾਂ ਚੋਂ ਆਪਣੇ ਜੀਵਨ ਚੋਂ ਇਹ ਵਹਿਮ ਭਾਰ ਕੱਢੀਏ ਵੈਸੇ ਤਾਂ ਅਜੋਕੀ ਜਿਹੜੀ ਪੀੜ੍ਹੀ ਹੈ ਸਾਡੀ ਨੌਜਵਾਨ ਬੱਚੇ ਪੜ੍ਹੇ ਲਿਖੇ ਨੇ ਉਹ ਇਹਨਾਂ ਵਹਿਮਾਂ ਤੋਂ ਵੈਸੇ ਹੀ ਮੁਕਤ ਨੇ ਕਾਫੀ ਹੱਦ ਤੱਕ ਥੋੜਾ ਜਿਆ ਯਤਨ ਆਪਾਂ ਕਰ ਦਈਏ ਤਾਂ ਕਿ ਅਸੀਂ ਗੁਰਬਾਣੀ ਦਾ ਸੋਨਾ ਜਿਹਾ ਉਪਦੇਸ਼ ਆਪਣੇ ਪੁੱਤਰਾਂ ਤੀਆਂ ਨੂੰ ਦੇਣ ਦਾ ਯਤਨ ਕਰੀਏ ਫਿਰ ਦੁਬਾਰਾ ਸੰਖੇਪ ਸ਼ਬਦ ਚ ਦੱਸਦੇ ਹਾਂ ਸੰਗਰਾਂਤ ਸ਼ਬਦ ਅਸਲ ਚ ਸਕਰਾਂਤ ਤੋਂ ਬਣਿਆ ਹੈ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਭਾਵ ਜਦੋਂ ਸੂਰਜ ਇੱਕ ਰਾਸ਼ੀ ਚੋਂ ਦੂਜੀ ਰਾਸ਼ੀ ਵਿੱਚ ਆਉਂਦਾ ਹੈ ਉਸ ਸਮੇਂ ਨੂੰ ਸਕਰਾਂਤ ਕਹਿੰਦੇ ਆ ਪਾਵ ਸੰਗਰਾਂਤ ਕਹਿੰਦੇ ਆ ਤੇ ਅਸੀਂ ਸੂਰਜ ਦਾ ਦਿਨ ਥੋੜਾ ਮਨਾਉਣਾ ਹੈ ਅਸੀਂ ਤੇ ਆਪਣੇ ਗੁਰੂ ਦੇ ਉਪਦੇਸ਼ ਨੂੰ ਸਮਝਣਾ ਹੈ ਪਰ ਜਦੋਂ ਅਸੀਂ ਕਹਿੰਦੇ ਸੰਗਰਾਂਤ ਦਾ ਪੁੱਤਰ ਦਿਹਾੜਾ ਸਮਝ ਲਓ ਅਸੀਂ ਸੂਰਜ ਦੇ ਉਪਾਸ਼ਕਾਂ ਫਿਰ ਜਿੰਨਾ ਮਰਜੀ ਕਹੀ ਜਾਓ ਪੰਡਤ ਮੁੱਲਾਂ ਜੋ ਲਿਖਦੀ ਆ ਛਾੜ ਚੱਲੇ ਹਮ ਕਸ਼ੂਨਾ ਲੀਆ ਫਿਰ ਜਿੰਨਾ ਮਰਜੀ ਕਹੀ ਜਾਓ ਭਾਈ ਵੀ ਨਾਮ Hindu ਨਾ ਮੁਸਲਮਾਨ ਕਿਤੇ ਨਾ ਕਿਤੇ ਅਗਲੇ ਨੇ ਤੁਹਾਨੂੰ ਆਪਣੇ ਉਸ ਘੇਰੇ ਵਿੱਚ ਵੜਿਆ ਹੋਇਆ ਕਿ ਤੁਸੀਂ ਨਾ ਚਾਹੁੰਦੇ ਹੋਏ ਵੀ ਉਹ ਸ਼ਬਦਾਵਲੀ ਬੋਲ ਰਹਿ ਜਿਹੜੇ ਤਾਂ ਨੂੰ ਬਦੋ-ਬਦੀ ਖਿੱਚ ਕੇ ਉਸ ਬੇਪਰਵਾਹ ਦੇ ਘੇਰੇ ਵਿੱਚ ਲੈ ਜਾਂਦੀ ਹੈ ਹੰਬੜਾ ਮਾਰਨਾ ਪਵੇਗਾ ਸਾਨੂੰ ਸਮਝਣਾ ਪਵੇਗਾ ਗੁਰੂ ਪਾਤਸ਼ਾਹ ਦੀ ਸੋਹਣੀ ਵਿਚਾਰ ਜਿਹੜੀ ਸਾਨੂੰ ਇਹ ਰਾਜ ਕੇ ਸਾਨੂੰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਪਾਸ਼ਾ ਕਹਿੰਦੇ ਆਪ ਪਾਈ ਇਸ ਬਾਣੀ ਨੂੰ ਪੜ੍ਹ ਸਮਝ ਗਾ ਉਹ ਤੇ ਕਹਿੰਦੇ ਸੀ ਮਹੀਨੇ ਬਾਅਦ ਗੁਰਦੁਆਰੇ ਜਾਣਾ ਤੇ ਪਾਸ਼ਾ ਦੀ ਬਾਣੀ ਕੀ ਕਹਿੰਦੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਕੀ ਕਰੋ ਫਿਰਾਂ ਕੇ ਗਾਵੋ ਸੱਚੀ ਬਾਣੀ ਤੇ ਬਾਣੀ ਤੇ ਥੇ ਕਹਿੰਦੀ ਇੱਕ ਤਿਲ ਪਿਆਰਾ ਵੀ ਸਰੇ ਰੋਗ ਵੱਡਾ ਮਨ ਮਾਹੀ ਤੇ ਸੰਗਰਾਦ ਮਨਾਉਣ ਵਾਲੇ ਕਹਿੰਦੇ ਪਾਈ ਇੱਕ ਦਿਨ ਮਹਾਜਰੀ ਲੱਗੀ ਐ ਮੁੜ ਕੇ ਜਾਣ ਦੀ ਤੁਸੀਂ ਤਾਂ ਹੀ ਵੇਖੋ ਸੰਗਰਾਦਾਂ ਵਾਲੇ ਦਿਨ ਆਮ ਦਿਨਾਂ ਨਾਲੋਂ ਵੱਧ ਪੀੜ ਹੁੰਦੀ ਐ ਤੇ ਜੇ ਅਸੀਂ ਕਿ ਅਸੀਂ ਤਾਂ ਰੋਜ਼ ਹੀ ਆਉਂਦੇ ਆ ਤੇ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਰੋਜ਼ ਆਉਂਦੇ ਹੋ ਇਹ ਕੋਈ ਸਪੈਸ਼ਲ ਆਪਣੇ ਮੈਡੀਕਲ ਸਟੋਰ ਬੰਦ ਕਰਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਸਪੈਸ਼ਲ ਇਤਿਹਾਸ ਗਸਥਾਨਾਂ ਤੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਆ ਮੁੜ ਕੇ ਉਹਨਾਂ ਦੇ ਮੁਤਾਬਕ 29 ਦਿਨ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਭਾਵੇਂ ਦੁਕਾਨ ਤੇ ਘੱਟ ਤੋਂ ਲੋ ਭਾਵੇਂ ਆਪਣੇ ਮੈਡੀਕਲ ਸਟੋਰਾਂ 'ਚ ਨਸ਼ੇ ਰੱਖ-ਰੱਖ ਕੇ ਵੇਚੋ ਪਰ ਇੱਕ ਦਿਨ ਜਾ ਕੇ ਉੱਥੇ ਅਰਦਾਸ ਤੇ ਫੁੱਲਾਂ ਬਖਸ਼ਾਓ ਪਾਈਏ ਇਹ ਕੰਮ ਨਾ ਕਰੋ ਅਸੀਂ ਤੇ ਆਪਣੀ ਜ਼ਿੰਦਗੀ 'ਚ ਰੋਜ਼ ਹਰ ਵਕਤ ਹਰ ਸਮੇਂ ਅਸੀਂ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਆਉਣਾ ਤੇ ਸੰਗਰਾਦ ਨਾਲ ਪਏ ਹੋਏ ਭੁਲੇਖਿਆਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢਣ ਦਾ ਯਤਨ ਕਰਨਾ ਕੱਲ ਤੋਂ ਆਪਾਂ 12ਵਾਂ ਬਾਣੀ ਦੇ ਵਿਚਾਰ ਨਾਲ ਮਿਲ ਕੇ ਆਰੰਭ ਕਰਾਂਗੇ ਸਾਧ ਸੰਗਤ ਜੀ ਇਹ ਸੀ ਸੰਖੇਪ ਸ਼ਬਦਾਂ ਚ ਇਸ ਬਾਣੀ ਦੇ ਨਾਲ ਜਿਹੜੇ ਸਾਡੇ ਸਮਾਜ ਵਿੱਚ ਸੰਗਰਾਦ ਨਾਲ ਪਰੋਂ ਜੁੜੇ ਹੋਏ ਨੇ ਉਹਨਾਂ ਬਾਰੇ ਵਿਚਾਰ ਪੜੋ ਸਮਝੋ ਵਿਚਾਰੋ ਆਪ ਗੁਰਬਾਣੀ ਦੀ ਵਿਚਾਰ ਆਪਣੀ ਜ਼ਿੰਦਗੀ ਚ ਲੈ ਕੇ ਆਓ ਸਾਰਿਆਂ ਦਾ ਧੰਨਵਾਦ ਜੀ ਅਦਬ ਸਤਕਾਰ ਨਾਲ ਫਤਿਹ ਬੁਲਾਓ ਬੜੇ ਪਿਆਰ ਨਾਲ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ